ਜਸ ਪੰਜਾਬੀ ਦੇ ਸਾਰੇ ਦਰਸ਼ਕਾਂ ਦਾ ਜੀ ਆਇਆਂ ਨੂੰ ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਲੂਵਾਲੀਆ। ਤੁਸੀਂ ਦੇਖ ਰਹੇ ਹੋ ਜਸ ਪੰਜਾਬੀ ਔਰ ਅੱਜ ਦੇ ਮੁੱਦੇ ਦੇ ਵਿੱਚ ਤੁਹਾਡਾ ਸਵਾਗਤ ਹੈ। ਰੋਜ਼ਾਨਾ ਅਸੀਂ ਤੁਹਾਡੇ ਸਾਹਮਣੇ ਮੁਖਾਤਿਬ ਹੁੰਦੇ ਹਾਂ ਔਰ ਉਹਨਾਂ ਭਗਦੇ ਮਸਲਿਆਂ ਨੂੰ ਤੁਹਾਡੇ ਰੂਬਰੂ ਲੈ ਕੇ ਆਉਂਦੇ ਹਾਂ ਔਰ ਤੁਸੀਂ ਇਸ ਮੰਚ ਦੇ ਉੱਤੇ ਆਪਣੇ ਵਿਚਾਰ ਸਾਡੇ ਨਾਲ ਰੋਜ਼ਾਨਾ ਸਾਂਝੇ ਕਰਦੇ ਹੋ। ਅੱਜ ਵੀ ਇੱਕ ਅਜਿਹਾ ਮੁੱਦਾ ਅਸੀਂ ਤੁਹਾਡੀ ਖਿਦਮਤ ਦੇ ਵਿੱਚ ਲੈ ਕੇ ਆਏ ਹਾਂ ਜਿਹਦੇ ਉੱਤੇ ਵਿਚਾਰ ਕਰਨਾ ਜ਼ਰੂਰੀ ਸੀਗਾ। ਅਸੀਂ ਜ਼ਰੂਰ ਮੰਨਦੇ ਹਾਂ ਕਿ ਲੋਕਤੰਤਰ ਦੇ ਵਿੱਚ ਜਦ ਲੋਕਾਂ ਦਾ ਉੱਥੇ ਤੰਤਰ ਹੁੰਦਾ ਔਰ ਜਦ ਲੋਕਾਂ ਦੀ ਹਿਮਾਇਤ ਹੁੰਦੀ ਹੈ, ਲੋਕਾਂ ਦੀ ਗੱਲ ਹੁੰਦੀ ਹੈ, ਤਾਂ ਉੱਥੇ ਲੋਕ ਹੀ ਆਪਣੇ ਮਨਪਸੰਦ ਦੇ ਸਿਆਸਤਦਾਨ ਨੂੰ ਜਾਂ ਫਿਰ ਆਪਣੀ ਮਨਪਸੰਦ ਪਾਰਟੀ ਨੂੰ ਸਾਹਮਣੇ ਲੈ ਕੇ ਆਉਂਦੇ ਹਨ। ਕਈ ਵਿਸ਼ਿਆਂ ਦੇ ਉੱਤੇ ਅਸੀਂ ਇਸ ਮੰਚ ਦੇ ਉੱਤੇ ਗੱਲ ਕੀਤੀ, ਲੇਕਿਨ ਜਿਹੜਾ ਇਹ ਮਹੀਨਾ ਚੱਲ ਰਿਹਾ ਔਰ ਜਿਹੜਾ ਆਉਣ ਵਾਲਾ ਮਹੀਨਾ ਉਹ ਬੇਹੱਦ ਖਾਸ ਹੈਗਾ, ਕਿਉਂਕਿ ਹੁਣ ਇਹ ਉਹ ਸਮਾਂ ਕਿ ਜੋ ਅਸੀਂ ਗੱਲਾਂ ਇਸ ਮੰਚ ਦੇ ਉੱਤੇ ਕਹੀਆਂ ਔਰ ਜੋ ਗੱਲ ਇਸ ਮੰਚ ਦੇ ਉੱਤੇ ਸਿਆਸਤਦਾਨ ਕਹਿ ਗਏ, ਹੁਣ ਸਮਾਂ ਉਹਨੂੰ ਇੰਪਲੀਮੈਂਟ ਕਰਨ ਦਾ। ਇੰਪਲੀਮੈਂਟ ਕਿਵੇਂ ਹੋਏਗਾ? 1947 15 ਅਗਸਤ ਨੂੰ ਜਦ ਭਾਰਤ ਆਜ਼ਾਦ ਹੁੰਦਾ, 26 ਜਨਵਰੀ 1950 ਨੂੰ ਜਦ ਕੌਨਸਟੀਟਿਊਸ਼ਨ ਆਫ ਇੰਡੀਆ ਯਾਨੀ ਕਿ ਰਿਪਬਲਿਕ ਆਫ ਇੰਡੀਆ ਯਾਨੀ ਕਿ ਰਿਪਬਲਿਕ ਡੇ ਹੁਣ ਜਿਹੜਾ 26 ਜਨਵਰੀ ਨੂੰ ਮਨਾਇਆ ਜਾਂਦਾ, ਤਾਂ ਕਈ ਸੂਬੇ ਹੋਂਦ ਦੇ ਵਿੱਚ ਆਉਂਦੇ ਹਨ ਜਿਨ੍ਹਾਂ ਦੀ ਵੱਖ ਵੱਖ ਪੈਰੋਕਾਰਾਂ ਵੱਲੋਂ ਹਿਮਾਇਤ ਕੀਤੀ ਜਾਂਦੀ ਹੈ ਅਤੇ ਭਾਰਤ ਜਿਹੜਾ ਉਹ ਆਪਣੀ ਉਸ ਆਬੋ ਹਵਾ ਦੇ ਵਿੱਚ ਜਿਉਂਦਾ। ਸਟੇਟ ਜਿਹੜੀਆਂ ਵੱਖ ਵੱਖ ਉਹ ਆਜ਼ਾਦ ਹੁੰਦੀਆਂ ਹਨ, ਉਹਨਾਂ ਨੂੰ ਆਪਣਾ CM ਮਿਲਦਾ ਅਤੇ ਸਟੇਟ ਗਵਰਨਮੈਂਟ ਕੰਮ ਕਰਦੀ ਹੈ ਅਤੇ ਸੈਂਟਰਲ ਗਵਰਨਮੈਂਟ ਕੰਮ ਕਰਦੀ ਹੈ। ਇਹ ਜਿਹੜੀ ਪ੍ਰਥਾ ਹੈ ਇਹ ਆਜ਼ਾਦੀ ਦੇ ਟਾਈਮ ਤੋਂ ਬਾਅਦ ਤੋਂ ਚੱਲਦੀ ਹੀ ਆ ਰਹੀ ਆ। ਜਦ ਮੈਂ ਗੱਲ ਵੱਖ ਵੱਖ ਸਟੇਟਾਂ ਦੀ ਕਰਦਾ ਤਾਂ ਕਈ ਸਟੇਟਾਂ ਦੇ ਆਪਣੇ ਮੁੱਦੇ ਰਹੇ, ਗਰਮ ਰਹੇ, ਉਹਨਾਂ ਮੁੱਦਿਆਂ ਦੇ ਉੱਤੇ ਕੇਂਦਰ ਸਰਕਾਰ ਨੂੰ ਕਦੀ ਝੁਕਣਾ ਪਿਆ, ਕਦੀ ਰਾਜ ਸਰਕਾਰ ਨੂੰ ਝੁਕਣਾ ਪਿਆ ਅਤੇ ਕੁੱਲ ਮਿਲਾ ਕੇ ਗਹਿਮਾ ਗਹਿਮੀ ਜਿਹੜੀ ਹੈ ਉਹ ਚੱਲਦੀ ਰਹੀ। ਇਹੀ ਲੋਕਤੰਤਰ ਹੈ ਔਰ ਇਹਦੇ ਵਿੱਚ ਹੀ ਸ਼ਾਸਨ ਕਰਨਾ ਔਰ ਲੋਕਾਂ ਨੂੰ ਸਾਹ ਦੀ ਸੁੱਖ ਦੇਣਾ, ਚੈਨ ਦੇਣਾ, ਇਹ ਕੰਮ ਹੁੰਦਾ ਸਿਆਸਤਦਾਨਾਂ ਦਾ। ਹੁਣ ਮੈਂ ਉਹਨਾਂ ਸਾਰੇ ਦੁੱਖਾਂ ਦੇ ਉੱਤੇ ਨਹੀਂ ਜਾਣਾ ਚਾਹੁੰਦਾ ਜੋ ਕਿ ਹੋ ਚੁੱਕਿਆ, ਕਿਉਂਕਿ ਜਦ ਅਸੀਂ ਇੱਕ ਨਵੇਂ ਭਵਿੱਖ ਦੀ ਸ਼ੁਰੂਆਤ ਕਰਦੇ ਹਾਂ ਤਾਂ ਵਟ ਇਜ਼ ਨੈਕਸਟ, ਮੈਨੂੰ ਇਹ ਲੱਗਦਾ ਕਿ ਇਹ ਜ਼ਰੂਰ ਹੋਣਾ ਚਾਹੀਦਾ ਕਿ ਹੁਣ ਗਾਂ ਕੀ, ਜੋ ਕੁਝ ਹੋਇਆ ਉਹ ਹੋ ਗਿਆ। ਹਾਂ, ਇਸ ਉੱਤੇ ਜ਼ਰੂਰ ਵਿਚਾਰ ਕਰਨਾ ਚਾਹੀਦਾ ਉਹ ਕਿਉਂ ਹੋਇਆ ਸੀ, ਉਹਦੇ ਤੋਂ ਸਬਕ ਲੈ ਕੇ ਹੁਣ ਅੱਗੇ ਆਪਾਂ ਕਿਵੇਂ ਪ੍ਰੋਗਰੈਸਿਵ ਹੋਣਾ। ਇਸੀ ਮੰਚ ਦੀ ਸ਼ੁਰੂਆਤ ਇਸ ਕਰਕੇ ਹੀ ਕੀਤੀ ਗਈ ਹੈ ਕਿ ਅਸੀਂ ਉਹਨਾਂ ਸਾਰੇ ਭਗਦੇ ਮਸਲਿਆਂ ਨੂੰ ਇਨ ਫਿਊਚਰ ਕਿਵੇਂ ਗਰਾਊਂਡ ਲੈਵਲ ਦੇ ਉੱਤੇ ਇੰਪਲੀਮੈਂਟ ਕਰ ਸਕਦੇ ਹਾਂ, ਇਹਦੇ ਉੱਤੇ ਅਸੀਂ ਸਾਨੂੰ ਵਿਚਾਰ ਕਰਨ ਦੀ ਲੋੜ ਆ। ਹੁਣ 2 ਮਹੀਨੇ ਭਾਰਤ ਦੇ ਲਈ ਬੜੇ ਇੰਪੋਰਟੈਂਟ ਹਨ, ਪੰਜਾਬ ਦੇ ਲਈ ਬੜੇ ਇੰਪੋਰਟੈਂਟ ਹਨ ਔਰ ਜਦ ਮੈਂ ਪੰਜਾਬ ਦੀ ਗੱਲ ਕਰਦਾ ਤਾਂ ਆਜ਼ਾਦੀ ਤੋਂ ਬਾਅਦ ਬੜੇ ਘੱਲੂਗਾਰੇ ਜਿਹੜੇ ਪੰਜਾਬ ਦੇ ਵਿੱਚ ਵੇਖਣ ਨੂੰ ਮਿਲੇ, ਕਈ ਰੋਸ ਮੁਜ਼ਾਹਰੇ ਹੋਏ, ਉਹਨਾਂ ਰੋਸ ਮੁਜ਼ਾਹਰਿਆਂ ਦੇ ਵਿੱਚ ਨੁਕਸਾਨ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਹੀ ਹੋਇਆ। ਇਸ ਗੱਲ ਨੂੰ ਆਪਾਂ ਜ਼ਰੂਰ ਮੰਨਦੇ ਹਾਂ ਔਰ ਸਾਨੂੰ ਅਹਿਸਾਸ ਵੀ ਹੈ। ਤੁਸੀਂ ਵੀ ਆਪਣਾ ਘਰ ਪਰਿਵਾਰ ਛੱਡ ਕੇ ਪੰਜਾਬ ਤੋਂ ਇੱਥੇ ਕਿਉਂ ਪਹੁੰਚੇ ਸੀਗੇ? ਕਿਉਂਕਿ ਤੁਹਾਨੂੰ ਵੀ ਇੱਕ ਸੁਨਹਿਰਾ ਭਵਿੱਖ ਚਾਹੀਦਾ ਸੀਗਾ। ਤੁਸੀਂ ਚਾਹੁੰਦੇ ਸੀਗੇ ਕਿ ਅਸੀਂ ਇਸ ਧਰਤੀ ਦੇ ਉੱਤੇ ਆਈਏ, ਆਪਣੇ ਫਿਊਚਰ ਨੂੰ ਵਧੀਆ ਕਰੀਏ ਔਰ ਪ੍ਰੋਗਰੈਸਿਵ ਕਰੀਏ। ਲੇਕਿਨ ਅੱਜ ਵੀ ਸਾਡੇ ਮਨ ਮੰਦਰਾਂ ਦੇ ਵਿੱਚ ਇਹ ਜ਼ਰੂਰ ਰੋਸ਼ ਹੈ ਕਿ ਪੰਜਾਬ ਪ੍ਰੋਗਰੈਸਿਵ ਹੋਏਗਾ, ਭਾਰਤ ਪ੍ਰੋਗਰੈਸਿਵ ਹੋਏਗਾ। ਤਾਂ ਕਈ ਸਾਰੇ ਪ੍ਰਧਾਨ ਮੰਤਰੀ ਅਸੀਂ ਪੰਜਾਬ ਦੀ ਭਾਰਤ ਦੀ ਧਰਤੀ ਦੇ ਉੱਤੇ ਦੇਖੇ, ਕਈ ਸਾਰੇ ਮੁੱਖ ਮੰਤਰੀ ਅਸੀਂ ਪੰਜਾਬ ਦੀ ਧਰਤੀ ਦੇ ਉੱਤੇ ਵੇਖੇ, ਲੇਕਿਨ ਉਹਨਾਂ ਮੁੱਖ ਮੰਤਰੀਆਂ ਦੇ ਵਿੱਚ, ਉਹਨਾਂ ਪ੍ਰਧਾਨ ਮੰਤਰੀਆਂ ਦੇ ਵਿੱਚ ਸਾਨੂੰ ਕੀ ਵੇਖਣ ਨੂੰ ਮਿਲਿਆ, ਕੀ ਸਾਨੂੰ ਸਿੱਖਣ ਨੂੰ ਮਿਲਿਆ, ਉਸ ਉੱਤੇ ਅਸੀਂ ਜ਼ਰੂਰ ਵਿਚਾਰ ਤੁਹਾਡੇ ਨਾਲ ਕਰ ਚੁੱਕੇ ਹਾਂ। ਅੱਜ ਜੋ ਵਿਚਾਰ ਮੈਂ ਤੁਹਾਡੇ ਨਾਲ ਕਰਨੇ ਨੇ ਕਿ ਵਟ ਇਜ਼ ਨੈਕਸਟ ਐਂਡ ਵਾਈ
ਐਂਡ ਫੋਰ ਹੂਮ, ਕਿਹਦੇ ਲਈ ਆਪਾਂ ਕਰਾਂਗੇ। ਕਿਉਂਕਿ ਆਪਾਂ ਕਹਿੰਦੇ ਨਾ ਫੋਰ ਦਾ ਪੀਪਲ, ਬਾਏ ਦਾ ਪੀਪਲ, ਟੂ ਦਾ ਪੀਪਲ, ਲੇਕਿਨ ਉਹ ਪੀਪਲ ਆਖਿਰਕਾਰ ਉਸ ਧਰਤੀ ਦੇ ਉੱਤੇ ਪ੍ਰੋਗਰੈਸਿਵ ਕਿਵੇਂ ਹੋਣਗੇ, ਔਰ ਜੇਕਰ NRI ਭਰਾ ਦੇ ਬਿਜ਼ਨਸ ਉੱਥੇ ਮੌਜੂਦ ਹਨ ਤਾਂ ਉਹ ਕਿਵੇਂ ਪ੍ਰੋਗਰੈਸਿਵ ਹੋਣਗੇ, ਯਾਨੀ ਕਿ ਤੁਸੀਂ ਅੱਗੇ ਕਿਵੇਂ ਵੱਧ ਸਕਦੇ ਹੋ। ਗੌਰਤਲਬ ਹੈ ਕਿ ਤੁਹਾਡੇ ਵੀ ਬਿਜ਼ਨਸ ਪੰਜਾਬ ਦੇ ਵਿੱਚ ਹੋਣਗੇ, ਭਾਰਤ ਦੇ ਵਿੱਚ ਹੋਣਗੇ, ਤੁਸੀਂ ਵੀ ਚਾਹੁੰਦੇ ਹੋ ਕਿ ਕੇਂਦਰ ਦੇ ਵਿੱਚ ਕੋਈ ਅਜਿਹੀ ਸਰਕਾਰ ਆਏ ਜੋ ਕਿ ਬਿਜ਼ਨਸ ਨੂੰ ਅੱਗੇ ਲੈ ਕੇ ਜਾਏ, ਮੁਨਾਫਾ ਹੋਵੇ, ਉੱਥੇ ਜਿਹੜੇ ਸਾਡੇ ਰਿਸ਼ਤੇਦਾਰ ਰਹਿੰਦੇ ਹਨ ਉਹਨਾਂ ਦੇ ਵਿੱਚ ਅਗਰ ਕੌਨਫੀਡੈਂਸ ਲੈਵਲ ਘੱਟ ਹੈ ਤਾਂ ਉਹ ਕੌਨਫੀਡੈਂਸ ਲੈਵਲ ਵਧਾਇਆ ਜਾਵੇ। ਕਿਉਂਕਿ ਹਾਲ ਫਿਲਹਾਲ ਦੇ ਵਿੱਚ ਅਸੀਂ ਬਹੁਤ ਸਾਰੇ ਮੁੱਦੇ ਵੇਖੇ, ਮਿਨੋਰਿਟੀਜ਼ ਨੂੰ ਲੈ ਕੇ, ਘੱਟ ਗਿਣਤੀਆਂ ਨੂੰ ਲੈ ਕੇ ਕਈ ਸਾਰੇ ਮੁੱਦੇ ਸਾਹਮਣੇ ਆਏ, ਕਾਸਟਿਜ਼ਮ, ਉਸ ਤੋਂ ਬਾਅਦ ਅਸੀਂ ਜਾਤ ਪਾਤ ਦੀ ਗੱਲ ਕਰੀਏ ਤਾਂ ਬੜੇ ਸਾਰੇ ਮੁੱਦੇ ਜਿਹੜੇ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਭਗਦੇ ਹੋਏ ਨਜ਼ਰ ਆਏ। ਲੇਕਿਨ ਹੁਣ ਸਮਾਂ ਹੈਗਾ 2019 ਲੋਕ ਸਭਾ ਚੋਣਾਂ ਦਾ, ਜਿੱਥੇ ਹੁਣ ਭਾਰਤ ਦੇ ਵਿੱਚ ਵੱਖ ਵੱਖ ਸੂਬਿਆਂ ਦੇ ਵਿੱਚ ਪਾਰਲੀਮੈਂਟ ਸੀਟ ਦੇ ਉੱਤੇ ਇਲੈਕਸ਼ਨ ਹੋਣਗੇ, ਔਰ ਕੌਣ ਚੁਣ ਕੇ ਜਾਏਗਾ ਪਾਰਲੀਮੈਂਟ ਦੇ ਵਿੱਚ, ਔਰ ਉਸ ਪਾਰਲੀਮੈਂਟ ਦਾ ਲੀਡਰ ਕੌਣ ਹੋਏਗਾ ਜਿਹਨੂੰ ਅਸੀਂ ਪ੍ਰਧਾਨ ਮੰਤਰੀ ਕਹਾਂਗੇ, ਬੜੇ ਸਾਰੇ ਕਿਆਸ ਲਗਾਏ ਜਾ ਰਹੇ ਹਨ। ਕਾਂਗਰਸ ਪ੍ਰਚਾਰ ਕਰ ਰਹੀ ਹੈ ਰਾਹੁਲ ਗਾਂਧੀ ਲਈ, BJP ਪ੍ਰਚਾਰ ਕਰ ਰਹੀ ਹੈ ਨਰਿੰਦਰ ਮੋਦੀ ਲਈ, ਲੇਕਿਨ ਅਸੀਂ ਕੁੱਲ ਮਿਲਾ ਕੇ ਇਹ ਅੱਜ ਇਸ ਮੰਚ ਦੇ ਉੱਤੇ ਡਿਸਕਸ਼ਨ ਕਰਾਂਗੇ ਕਿ ਕਿਹੜੀ ਸਰਕਾਰ ਫਾਇਦੇਮੰਦ ਹੋ ਸਕਦੀ ਹੈ ਪੰਜਾਬ ਦੇ ਲਈ ਔਰ ਖਾਸ ਤੌਰ 'ਤੇ ਭਾਰਤ ਦੇ ਲਈ। ਕਿਉਂਕਿ ਸਿਆਸਤ ਬਹੁਤ ਕੁਝ ਕਹਿ ਰਹੀ ਹੈ, ਹਮ ਨਿਭਾਏਂਗੇ, ਇਹ ਮੈਂ ਨਹੀਂ ਕਹਿ ਰਿਹਾ, ਇਹ ਕਾਂਗਰਸ ਕਹਿ ਰਹੀ ਹੈ ਕਿ ਅਸੀਂ ਹੁਣ ਨਿਭਾਵਾਂਗੇ। ਨਿਭਾਓ ਜੀ, ਜ਼ਰੂਰ ਨਿਭਾਓ, ਕਿਵੇਂ ਨਿਭਾਓਗੇ? ਇਹ ਜਦ ਸਵਾਲ ਪੁੱਛਿਆ ਗਿਆ ਰਾਹੁਲ ਗਾਂਧੀ ਤੋਂ ਉਹਨਾਂ ਨੇ ਕੁਝ ਇਸ ਅੰਦਾਜ਼ ਦੇ ਵਿੱਚ ਆਪਣਾ ਜਵਾਬ ਦਿੱਤਾ, ਉਹ ਕਿਵੇਂ ਨਿਭਾ ਰਹੇ ਨੇ। ਤੇ ਰਾਹੁਲ ਗਾਂਧੀ ਨੇ ਬਕਾਇਦਾ ਤੌਰ ਦੇ ਉੱਤੇ ਪ੍ਰੈਸ ਕਾਨਫਰੰਸ ਕੀਤੀ, ਪਰਿਵਾਰ 72,000, ਔਰ ਇਹ ਕਾਂਗਰਸ ਪਾਰਟੀ ਕੀ ਪਹਿਲੀ ਗਾਰੰਟੀ ਹੈ ਕਿ ਹਿੰਦੁਸਤਾਨ ਕੇ 20% ਸਬਸੇ ਗਰੀਬ ਪਰਿਵਾਰੋਂ ਕੋ ਹਰ ਮਹੀਨੇ ਉਨਕੇ ਬੈਂਕ ਅਕਾਊਂਟ ਮੇ ਕਾਂਗਰਸ ਪਾਰਟੀ ਕੀ ਸਰਕਾਰ ਡਾਇਰੈਕਟ ਪੈਸਾ ਡਾਲੇਗੀ। ਇੱਕ ਸਾਲ ਮੇ 72,000, 5 ਸਾਲ ਮੇ 3,60,000, 22 ਲੱਖ ਸਰਕਾਰੀ ਰੋਜ਼ਗਾਰ ਖਾਲੀ ਪੜੇ ਹੈ, ਉਨਕੋ ਕਾਂਗਰਸ ਪਾਰਟੀ ਮਾਰਚ 2020 ਤੱਕ ਭਰ ਕੇ ਦੇ ਦੇਗੀ। 10 ਲੱਖ ਯੁਵਾਓਂ ਕੋ ਗ੍ਰਾਮ ਪੰਚਾਇਤੋਂ ਮੇ ਰੋਜ਼ਗਾਰ ਦਿਆ ਜਾ ਸਕਤਾ ਹੈ, ਉਨ 10 ਲੱਖ ਯੁਵਾਓਂ ਕੋ ਕਾਂਗਰਸ ਪਾਰਟੀ ਗ੍ਰਾਮ ਪੰਚਾਇਤੋਂ ਮੇ ਰੋਜ਼ਗਾਰ ਦੇ ਦੇਗੀ। ਕਿ ਇੱਕ ਸੈਪਰੇਟ ਕਿਸਾਨ ਬਜਟ ਹੋਣਾ ਚਾਹੀਏ, ਜੈਸੇ ਰੇਲਵੇ ਬਜਟ ਹੋਤਾ ਥਾ, ਕਿਸਾਨੋਂ ਕਾ ਇੱਕ ਸੈਪਰੇਟ ਬਜਟ ਹੋਣਾ ਚਾਹੀਏ, ਹਿੰਦੁਸਤਾਨ ਕੇ ਕਿਸਾਨ ਕੋ ਮਾਲੂਮ ਹੋਣਾ ਚਾਹੀਏ ਕਿ ਉਸਕੋ ਕਿਤਨਾ ਪੈਸਾ ਦਿਆ ਜਾ ਰਹਾ ਹੈ, ਉਸਕੀ MSP ਕਿਤਨੀ ਬੜਾਈ ਜਾਏਗੀ, ਸਭ ਉਸਕੇ ਸਾਹਮਣੇ ਹੋਣਾ ਚਾਹੀਏ। ਦੁੱਧ ਕਾ ਦੁੱਧ, ਪਾਣੀ ਕਾ ਪਾਣੀ ਹੋਣਾ ਚਾਹੀਏ। ਲਓ ਜੀ, ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਰਾਹੁਲ ਗਾਂਧੀ ਕਰਦੇ ਹੋਏ ਨਜ਼ਰ ਆ ਰਹੇ ਨੇ, ਲੇਕਿਨ ਉੱਥੇ ਹੀ ਵਿੱਤ ਮੰਤਰੀ ਅਰੁਣ ਜੇਟਲੀ, ਖਜ਼ਾਨਾ ਮੰਤਰੀ ਕੀ ਕੁਝ ਕਹਿੰਦੇ ਹੋਏ ਨਜ਼ਰ ਆ ਰਹੇ ਨੇ, ਉਹ ਆਪਾਂ ਇੱਕ ਵਾਰੀ ਜ਼ਰੂਰ ਦੇਖ ਲੈਣਾ ਜਦ ਉਹਨਾਂ ਨੇ ਜਵਾਬ ਦਿੱਤਾ ਰਾਹੁਲ ਗਾਂਧੀ ਨੂੰ, ਹਮ ਨਿਭਾਏਂਗੇ। ਇਟਸ ਅ ਪ੍ਰੋਮਿਸ, ਹੀ ਨੇਵਰ ਬ੍ਰੇਕਸ ਇਟ। ਬਟ ਵੈਨ ਆਊਟ ਆਫ ਇਗਨੋਰੈਂਸ ਹੀ ਮੇਕਸ ਅਨਇੰਪਲੀਮੈਂਟੇਬਲ ਐਂਡ ਡੇਂਜਰਸ ਪ੍ਰੋਮਿਸਿਸ, ਆਈ ਐਮ ਸ਼ੋਰ ਦ ਕੰਟਰੀ ਵਿਲ ਨਾਟ ਬੀ ਇਨ ਅ ਮੂਡ to oblige him. Is manifesto mein aise agendas hain jo desh ko todne ka kaam karte hain, rashtra ki ekta ke khilaf jaate hain, aur jo congress party aur vishesh roop se nehru gandhi parivar ki aitihasik bhool thi jammu kashmir ke sambandh mein, जिसके लिए देश कभी उनको माफ नहीं कर सकता। इंडियन पीनल कोड से सेक्शन 124 कैपिटल ए सेडिशन हटा दिया जाएगा। देशद्रोह करना अब अपराध नहीं होगा। जो पार्टी इस तरह का घोषणा करती है वो इस देश के एक भी वोट की हकदार नहीं है। अभी तक कहते रहे वेव करेंगे, अब कहते हैं सिविल ऑफेंस होगा, सिविल रिकवरी होगी।
और देखो हमने 5 राज्यों में 2 दिनों में कर दिया। मुझे मालूम नहीं कि किस दुनिया के ऑर्बिट में रहते हैं आप। इन 5 राज्यों में जाकर पूछ लीजिए, डेटा अवेलेबल है। कुछ टोकनिज्म भी कहीं तो नहीं हुआ। चलो जी, केंद्र का टकराव आपस दे विच वेखण नूं मिलिया। राहुल गांधी दे उत्ते तंज कसदे हुए खजाना मंत्री अरुण जेतली नज़र आए। यह तो हो गया केंद्र सरकार का मसला। हुण जेकर असी मुड़ तो पंजाब आ जाने, उत्थे भी सियासत लोक सभा चुनाव लैके हुण भगदी हुई नज़र आ रही है, क्योंकि 13 सीटों के उत्ते मुकाबला होना है। वख-वख जिहड़े निजी चैनल भारत दे विच हन, उह कई सारे ओपीनियन पोल दे चुके हैं कि कांग्रेस नूं उह फ्रंट फुट दे विच लैके जा रहे हैं, श्रोमणी अकाली दल नूं उह बैक फुट दे विच लैके जा रहे हैं कि श्रोमणी अकाली दल नूं इस बार बहुत नुकसान होने वाला है, और आम आदमी पार्टी का जिहड़ा झाड़ू तीला तीला होया सी हजे फिलहाल उह तीला तीला ही नज़र आ रहा है। यह वख-वख जिहड़े ओपीनियन ने उह नज़र आ रहे हैं। पंजाब की सियासत किस तरीके नाल भगदी जा रही है, वह एक बार आप जरूर सुन लैंदे हां। लोग समझते भी पता नहीं जिहड़ा इन्हां ने लिख के दिता है ठीक होना। जिवें अमरिंदर सिंह ने कहा सी गुटके ते हथ रख के गुरुद्वारे के सामने, मैं हर घर नूं नौकरी देऊंगा ते सारा कर्जा माफ करूंगा। कीता किसे ने ना नौकरी दित्ती है, कर्जा थोड़ा बहुत, कर्जा वड्डा कर्जा जिहड़ा है वह वड्डे बैंकां दा ते आड़तियां दा है, उहदा उहदा तां उहनां नूं ध्यान नहीं कोई नहीं। इस करके जो मैनीफेस्टो है एक विखावे दी गल्लां ही रह गईआं, मगर इहदा पिटारा है। ऐसा ही एक झूठा चोन घोषणा पत्र कैप्टन अमरिंदर सिंह जी ने पवित्र गुटका साहब हाथ च लै के 2 साल पहले मनमोहन सिंह जी की प्रेजेंस जो उन्होंने गवाही पवा के वो किया, अजो सारा झूठा साबित होया है। अज देश का पंजाब का यूथ जिहड़ा है वह कैप्टन तो पुछ रहा कित्थे ने कैप्टन 32 लाख नौकरियां, 2500 रुपए का बेरोज़गारी भत्ता साढ़े घर पहुँचना सी वह कदों पहुँचेगा। अज विद्यार्थी पूछ रहे हैं कैप्टन साढ़े घर जिहड़े मोबाइल झूठ का वादा झूठा वादा किया कदों आएंगे, 50 लाख मोबाइल आने से पुराने देंगे कुछ कड़े कोई वादा पूरा होया, घर घर नौकरी मिल गई, बैंकों का आड़तियों का प्राइवेट बैंकों का सारा कर्जा माफ हो गया, जो नवा मैनीफेस्टो लिखण की लड़ पै गई उन्होंने, 2500 रुपया बुढ़ापा पेंशन मिलने लग गई, जो नवा मैनीफेस्टो लिखण की लड़ पै गई उन्होंने, स्मार्टफोन मिल गए नौजवानों जो नवा मैनीफेस्टो लिखण की लड़ पै गई उन्होंने, 5-5 मरलों के प्लाट मिल गए गरीबों बेघरों, वो जोड़ा नवा मैनीफेस्टो लिखण की लड़ पै गई उन्होंने, हूँ नवे वादे कर ले, पहले पुराने तो पूरे कर लो। कैप्टन साहब ने चाहे राहुल गांधी ने कांग्रेस पार्टी के जिन्हें भी जोड़े जोड़े चाहे कांग्रेस पार्टी के प्रधान ने या मुख्यमंत्री ने सारे झूठे वादे करते हैं, कोई वादा पूरा नहीं होंदा। राहुल गांधी जी ने जिन्ने वादे किए मैं समझना सारे वादे झूठे ने। लगभग कांग्रेस पार्टी 50 साल देश के राज किया, 50 सालों कांग्रेस पार्टी ने हिंदुस्तान के गरीबी खत्म नहीं कर सकी, हुण फिर एक बार ना गरीबी खत्म करता। मैं समझना भी जदों जदों ट्रेडिशनल पार्टियां रवायती पार्टियां सत्ता चाहुंदियां ने उदों हमेशा गरीबी वधदी आ। हमेशा यह की होंदा गा जिहड़े BPL कार्ड ने जे पहले 10 साल ਉਹਨਾਂ ਦੀ ਗਿਣਤੀ 20 ਲੱਖ ਤੱਕ ਹੈ ਤਾਂ ਅੱਗੇ ਵੱਧ ਕੇ 30 ਲੱਖ ਹੋ ਜਾਂਦੀ ਹੈ, ਤਾਂ ਮਤਲਬ ਗਰੀਬੀ ਵੱਧਦੀ ਆ। ਸੋ ਮੇਰਾ ਰੋਜ਼ਗਾਰ ਦੇ ਸਾਧਨ ਪੈਦਾ ਕੀਤੇ ਜਾਣਗੇ, ਜਿਵੇਂ ਉਹਨਾਂ ਦੱਸਿਆ ਕਿ 10 ਲੱਖ ਆਰਮੀ ਦੇ ਪੰਜਾਬ ਦੇ ਪਿੰਡਾਂ ਦੇ ਵਿੱਚ ਹੀ ਨੌਜਵਾਨ ਨੂੰ ਦਿੱਤੀ ਜਾਏਗੀ। ਜਿੰਨੀਆਂ ਨੌਕਰੀਆਂ ਸਰਕਾਰੀ ਪਈਆਂ ਨੇ ਇਹ ਸਾਨੂੰ ਇਮੀਡੀਏਟਲੀ ਭਰਨੀਆਂ ਚਾਹੀਦੀਆਂ, ਔਰ ਵੱਧ ਤੋਂ ਵੱਧ ਲੋਕਾਂ ਨੂੰ ਰੋਜ਼ਗਾਰ ਦੇਣਾ ਚਾਹੀਦਾ। ਜਿਹੜੀ ਦੂਸਰੀ ਉਹਨਾਂ ਨੇ ਕਹੀ ਹੈ ਕਿ ਜਿਹੜੀ ਕਰਜ਼ ਮਾਫ਼ੀ ਵਾਲੀ ਗੱਲ ਹੈ, ਪੰਜਾਬ ਗਵਰਨਮੈਂਟ ਨੇ ਪਹਿਲਾਂ ਹੀ ਇਹਦੇ 'ਚ ਕਰਜ਼ ਮਾਫ਼ੀ 'ਚ ਆਪਣੀ ਪਹਿਲਕਦਮੀ ਕਰ ਦਿੱਤੀ, ਔਰ ਜਿੱਥੇ ਜਿੱਥੇ ਕਾਂਗਰਸ ਦੀਆਂ ਸਰਕਾਰਾਂ ਨੇ ਉਹਨਾਂ ਨੇ ਅਤੇ ਵੱਖ-ਵੱਖ ਪਾਰਟੀ ਦੇ ਤਮਾਮ ਲੀਡਰ ਸਾਹਿਬਾਨ ਆਪਣੇ ਪ੍ਰਤੀਕਰਮ ਦਿੰਦੇ ਹੋਏ ਨਜ਼ਰ ਆਏ। ਪ੍ਰਕਾਸ਼ ਸਿੰਘ ਬਾਦਲ ਬੜੇ ਫਰੈਸ਼ ਨਜ਼ਰ ਆ ਰਹੇ ਸੀਗੇ, ਹੋਰ ਹੁਣ ਵੀ ਕਿਉਂ ਨਾ, ਲੋਕ ਸਭਾ ਚੋਣਾਂ ਹੁਣ ਨਜ਼ਦੀਕ ਹਨ। ਸੁਖਬੀਰ ਬਾਦਲ ਮੀਡੀਆ ਤੋਂ ਥੋੜ੍ਹੇ ਜਿਹੇ ਗਾਇਬ ਨਜ਼ਰ ਆ ਰਹੇ ਹਨ। ਚਲੋ ਆਉਣ ਵਾਲੇ ਸਮੇਂ ਦੇ ਵਿੱਚ ਉਮੀਦ ਹੈ ਕਿ ਸੁਖਬੀਰ ਬਾਦਲ ਵੀ ਕੁਝ ਵੱਡੇ ਬਿਆਨ ਸਾਹਮਣੇ ਲੈ ਕੇ ਆਉਣਗੇ। ਹਰਸਿਮਰਤ ਕੌਰ ਬਾਦਲ ਵੀ ਅੱਜ ਕੱਲ੍ਹ ਗਾਇਬ ਨੇ, ਲੇਕਿਨ ਟਿਕਟ ਹੋ ਸਕਦਾ ਕਿ ਜਾਂ ਤਾਂ ਉਹਨਾਂ ਨੂੰ ਬਠਿੰਡਾ ਤੋਂ ਵਾਪਸ ਮਿਲੇ ਜਾਂ ਫਿਰ ਫਿਰੋਜ਼ਪੁਰ ਜਾਣ, ਲੇਕਿਨ ਹਜੇ ਉੱਥੇ ਵੀ ਮੋਹਰ ਜਿਹੜੀ ਹੈ ਲੱਗਣੀ ਹੈ। ਲੇਕਿਨ ਹੁਣ ਕਹਿਣ ਦਾ ਭਾਵ ਹੈ ਜੀ ਕਿ ਹੁਣ ਸਿਆਸਤ ਭਗਦੀ ਹੋਈ ਬਿਲਕੁਲ ਨਜ਼ਰ ਆ ਰਹੀ ਹੈ। 13 ਪਾਰਲੀਮੈਂਟ ਦੇ ਵਿੱਚ ਕੌਣ ਜਾਣਗੇ ਜੋ ਕਿ ਪੰਜਾਬ ਨੂੰ ਰੀਪ੍ਰਜੈਂਟ ਕਰਨਗੇ, ਕਿਉਂਕਿ ਇਹ ਉਹੀ ਸਮਾਂ ਹੈ ਹੁਣ ਪੰਜਾਬ ਦੀ ਭਵਿੱਖ ਨੂੰ ਬਦਲਣ ਦਾ। ਅਸੀਂ ਲਗਾਤਾਰ ਵੱਖ-ਵੱਖ ਪੈਰੋਕਾਰਾਂ ਨੂੰ ਸੁਣਦੇ ਹੋਏ ਨਜ਼ਰ ਆਏ, ਲੇਕਿਨ ਹੁਣ 2019 ਦਾ ਜਿਹੜਾ ਬਿਗੁਲ ਵਜਿਆ, 23 ਮਈ ਨੂੰ ਕਿਹੜੇ ਰੀਪ੍ਰਜੈਂਟੇਟਿਵ ਪਹੁੰਚਣਗੇ, ਇਹਦੀ ਪਲ-ਪਲ ਦੀ ਜਾਣਕਾਰੀ ਜਸ ਪੰਜਾਬੀ ਤੁਹਾਨੂੰ ਦਿੰਦਾ ਰਹੇਗਾ। ਔਰ ਅੱਜ ਇਸੀ ਮੁਤਲਕ ਅਸੀਂ ਵਿਚਾਰ ਵੀ ਕਰਾਂਗੇ। ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਦੋਸਤੋ, ਬ੍ਰੇਕ ਤੋਂ ਬਾਅਦ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਲੋਕ ਸਭਾ ਚੋਣਾਂ ਨੂੰ ਲੈ ਕੇ 2019
ਦੀਆਂ ਆਪਾਂ ਗੱਲਾਂ ਕਰ ਰਹੇ ਹਾਂ। ਮੈਂ ਜਾਣਕਾਰੀ ਇੱਥੇ ਦੇ ਦੇਵਾਂ, ਗੁਰਦਾਸਪੁਰ ਤੋਂ ਸੁਨੀਲ ਜਾਖੜ ਨੂੰ ਕਾਂਗਰਸ ਦਾ ਉਮੀਦਵਾਰ ਥਾਪਿਆ ਗਿਆ, ਜਲੰਧਰ ਤੋਂ ਸੰਤੋਖ ਚੌਧਰੀ, ਜਿਨ੍ਹਾਂ ਦੇ ਉੱਤੇ ਹਾਲ ਫਿਲਹਾਲ ਦੇ ਵਿੱਚ ਇੱਕ ਵੀਡੀਓ ਵੀ ਵਾਇਰਲ ਹੋਈ ਸੀ ਜਿੱਥੇ ਉਹ ਸੋਸ਼ਲ ਮੀਡੀਆ ਦੇ ਉੱਤੇ ਬੋਲਦੇ ਹੋਏ ਅਪਸ਼ਬਦ ਨਜ਼ਰ ਆਏ ਸੀਗੇ, ਔਰ ਉਸ ਮੁੱਦੇ ਨੂੰ ਵੀ ਅਸੀਂ ਤੁਹਾਡੀ ਖਿਦਮਤ ਦੇ ਵਿੱਚ ਅਸੀਂ ਲੈ ਕੇ ਆਏ ਸੀਗੇ। ਅੰਮ੍ਰਿਤਸਰ ਤੋਂ ਗੁਰਜੀਤ ਔਜਲਾ ਨੂੰ ਮੁੜ ਤੋਂ ਟਿਕਟ ਦਿੱਤੀ ਗਈ ਹੈ, ਲੁਧਿਆਣਾ ਤੋਂ ਰਵਨੀਤ ਬਿੱਟੂ, ਪਟਿਆਲਾ ਤੋਂ ਪ੍ਰਨੀਤ ਕੌਰ ਅਤੇ ਹੁਸ਼ਿਆਰਪੁਰ ਤੋਂ ਰਾਜਕੁਮਾਰ ਚੱਬੇਵਾਲ। ਅਤੇ ਇਹ ਹਜੇ ਨਾਮ ਜਿਹੜੇ ਨੇ ਕੈਂਡੀਡੇਟਸ ਦੇ ਕਾਂਗਰਸ ਦੇ, ਜਿਨ੍ਹਾਂ ਨੂੰ ਜਨਤਕ ਕੀਤਾ ਗਿਆ ਹਾਲ ਫਿਲਹਾਲ ਦੇ ਵਿੱਚ, ਲੇਕਿਨ ਕਿਆਸ ਇਹ ਲਗਾਏ ਜਾ ਰਹੇ ਹਨ ਕਿ ਗੁਰਦਾਸਪੁਰ ਤੋਂ ਹੁਣ ਬੀ ਜੇ ਪੀ ਦੇ ਸੰਨੀ ਦਿਓਲ ਜਾਂ ਫਿਰ ਕਿਸੇ ਹੋਰ ਅਦਾਕਾਰਾਂ ਨੂੰ ਜਾਂ ਫਿਰ ਕਿਸੇ ਹੋਰ ਪਬਲਿਕ ਫਿਗਰ ਨੂੰ ਲਿਆਇਆ ਜਾ ਸਕਦਾ ਹੈ, ਇਹ ਇੱਕ ਕਿਆਸ ਲਗਾਇਆ ਜਾ ਰਿਹਾ। ਤਮਾਮ ਮੀਡੀਆ ਦੇ ਉੱਤੇ ਇਹ ਵੀ ਸੋਸ਼ਲ ਮੀਡੀਆ ਦੇ ਉੱਤੇ ਖਬਰ ਵਾਇਰਲ ਹੋਈ ਸੀ ਕਿ ਗੁਰਦਾਸਪੁਰ ਤੋਂ ਸੰਨੀ ਦਿਓਲ ਨੂੰ ਲਿਆਇਆ ਗਿਆ, ਸੰਨੀ ਦਿਓਲ ਪ੍ਰਚਾਰ ਕਰਦੇ ਹੋਏ ਵੀ ਵੀਡੀਓ ਦੇ ਵਿੱਚ ਨਜ਼ਰ ਆਏ। ਜਲੰਧਰ ਦੇ ਵਿੱਚ ਸੰਤੋਖ ਚੌਧਰੀ, ਔਰ ਹੁਣ ਇਹ ਵੇਖਣਾ ਹੋਏਗਾ ਕਿ ਉੱਥੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਕਿਸ ਕੈਂਡੀਡੇਟ ਨੂੰ ਸਾਹਮਣੇ ਲੈ ਕੇ ਆਉਂਦੀ ਆ। ਅਤੇ ਜੇਕਰ ਅਸੀਂ ਹੁਣ ਗੱਲ ਕਰ ਲੈਂਦੇ ਹਾਂ ਅੰਮ੍ਰਿਤਸਰ ਦੀ, ਤਾਂ ਅੰਮ੍ਰਿਤਸਰ ਇੱਕ ਹੌਟ ਸੀਟ ਬਣੀ ਹੋਈ ਸੀਗੀ, ਲੇਕਿਨ ਹੁਣ ਖੈਰ ਮੋਹਰ ਜਿਹੜੀ ਆ ਕਾਂਗਰਸ ਵੱਲੋਂ ਲਗਾ ਦਿੱਤੀ ਗਈ ਹੈ, ਲੇਕਿਨ ਹੁਣ ਸ਼੍ਰੋਮਣੀ ਅਕਾਲੀ ਦਲ ਔਰ ਬੀ ਜੇ ਪੀ ਦੇ ਵਿੱਚ ਹੁਣ ਉਹਨਾਂ ਦੋਵਾਂ ਦੀ ਭਾਈਵਾਲ ਦੇ ਵਿੱਚ ਇਹ ਹੁਣ ਵੇਖਣਾ ਹੋਏਗਾ ਕਿ ਕਿਸ ਪਾਰਟੀ ਦਾ ਕੈਂਡੀਡੇਟ ਅੰਮ੍ਰਿਤਸਰ ਤੋਂ ਸਾਹਮਣੇ ਆਉਂਦਾ, ਕਿਉਂਕਿ ਗੁਰਜੀਤ ਔਜਲਾ ਜੋ ਕਿ ਬਾਈ ਇਲੈਕਸ਼ਨ ਦੇ ਵਿੱਚ ਜਿੱਤ ਕੇ ਸਾਹਮਣੇ ਆਏ ਸੀਗੇ, ਜਦ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੀ ਸੀਟ ਛੱਡਣੀ ਪਈ ਸੀਗੀ, ਜਦ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ 2017 ਦੇ ਵਿੱਚ, ਤਾਂ ਬਾਈ ਇਲੈਕਸ਼ਨ ਹੋ ਕੇ ਗੁਰਜੀਤ ਔਜਲਾ ਉੱਥੋਂ ਦੀ ਜਿੱਤ ਕੇ ਸਾਹਮਣੇ ਆਏ। ਲੁਧਿਆਣਾ ਰਵਨੀਤ ਬਿੱਟੂ ਨੂੰ ਟਿਕਟ ਦਿੱਤੀ ਗਈ ਹੈ, ਅਤੇ ਬੇਅੰਤ ਸਿੰਘ ਹੋਰਾਂ ਦੇ ਪਰਿਵਾਰ ਨਾਲ ਸੰਬੰਧ ਰੱਖਦੇ ਹੋਏ ਲੁਧਿਆਣਾ ਤੋਂ ਰਵਨੀਤ ਬਿੱਟੂ ਉਹ ਕਾਂਗਰਸ ਦੀ ਤਰਫੋਂ ਮੁੜ ਤੋਂ ਉਮੀਦਵਾਰ ਹੋਣਗੇ। ਪਟਿਆਲਾ, ਜੀ ਹਾਂ, ਪਟਿਆਲਾ ਇੱਕ ਹੌਟ ਸੀਟ ਮੰਨੀ ਜਾ ਰਹੀ ਸੀਗੀ, ਹੁਣ ਮਹਾਰਾਣੀ ਪ੍ਰਨੀਤ ਕੌਰ ਜਿਹੜੇ ਨੇ ਉਹ ਉੱਥੋਂ ਦੀ ਚੋਣ ਲੜਨਗੇ, ਤਾਂ ਇਹ ਹੁਣ ਕਿਆਸ ਲਗਾਏ ਜਾ ਰਹੇ ਹਨ ਕਿ ਨਵਜੋਤ ਕੌਰ ਸਿੱਧੂ ਨੂੰ ਵੀ ਲੜਾਇਆ ਜਾ ਸਕਦਾ ਸੀਗਾ ਪਟਿਆਲਾ ਤੋਂ, ਲੇਕਿਨ ਉਹਨਾਂ ਨੂੰ ਸ਼ਾਇਦ ਚੰਡੀਗੜ੍ਹ ਹੁਣ ਭੇਜਿਆ ਜਾ ਰਿਹਾ, ਉਹਨਾਂ ਦਾ ਵੀ ਨਾਂ ਜਲਦੀ ਉਜਾਗਰ ਹੋਏਗਾ, ਤਾਂ ਉਹ ਵੀ ਅਸੀਂ ਤੁਹਾਡੇ ਸਾਹਮਣੇ ਜ਼ਰੂਰ ਲੈ ਕੇ ਆਵਾਂਗੇ। ਹੁਸ਼ਿਆਰਪੁਰ ਤੋਂ ਰਾਜਕੁਮਾਰ ਚੱਬੇਵਾਲ, ਅਤੇ ਹੁਣ ਬਠਿੰਡਾ ਅਤੇ ਫਿਰੋਜ਼ਪੁਰ ਇੱਕ ਅਹਿਮ ਸੀਟਾਂ ਹਨ ਜਿਨ੍ਹਾਂ ਦੇ ਉੱਤੇ ਸਾਰਿਆਂ ਦੀ ਨਜ਼ਰਾਂ ਹਨ ਕਿ ਹੁਣ ਇਸ ਰਾਏ ਸਿੱਖ ਖੇਤਰ ਤੋਂ ਫਿਰੋਜ਼ਪੁਰ ਤੋਂ ਕੌਣ ਜਿੱਤ ਕੇ ਸਾਹਮਣੇ ਆਏਗਾ, ਕਿਉਂਕਿ ਸ਼ੇਰ ਸਿੰਘ ਉਬਾਇਆ ਜੋ ਕਿ ਦੋ ਟਰਮ ਸ਼੍ਰੋਮਣੀ ਅਕਾਲੀ ਦਲ ਦੀ ਤਰਫੋਂ ਮੈਂਬਰ ਆਫ ਪਾਰਲੀਮੈਂਟ ਉੱਥੋਂ ਦੀ ਰਹੇ, ਲੇਕਿਨ ਹੁਣ ਉਹ ਹਾਲ ਫਿਲਹਾਲ ਦੇ ਵਿੱਚ ਉਹ ਅਤੇ ਉਹਨਾਂ ਦੇ ਪੁੱਤਰ ਆਲਰੇਡੀ ਕਾਂਗਰਸ ਦੇ ਵਿੱਚ MLA ਹਨ, ਅਤੇ ਹੁਣ ਉਹ ਛੱਡ ਕੇ ਕਾਂਗਰਸ ਜੁਆਇਨ ਕਰ ਚੁੱਕੇ ਹਨ, ਅਤੇ ਕਾਂਗਰਸ ਕੀ ਉਹਨਾਂ ਨੂੰ ਫਿਰੋਜ਼ਪੁਰ ਤੋਂ ਆਪਣਾ ਕੈਂਡੀਡੇਟ ਉਤਾਰੇਗੀ। ਬੀਬੀ ਹਰਸਿਮਰਤ ਕੌਰ ਬਾਦਲ ਸੋਚ ਰਹੀ ਹੈ ਕਿ ਮੈਂ ਜਾ ਕੇ ਹੁਣ ਫਿਰੋਜ਼ਪੁਰ ਲੜਾਂ, ਜੇਕਰ ਉਹ ਫਿਰੋਜ਼ਪੁਰ ਤੋਂ ਲੜਦੇ ਹਨ ਤਾਂ ਉੱਥੋਂ ਦੀ ਸੁਖਪਾਲ ਗਹਿਰਾ ਕਹਿ ਰਹੇ ਹਨ ਕਿ ਜਿੱਥੋਂ ਬੀਬੀ ਲੜੇਗੀ ਉੱਥੋਂ ਪਿੱਛੇ ਮੈਂ ਲੜਾਂਗਾ। ਤਾਂ ਹੁਣ ਜਿਹੜਾ ਹੁਣ ਅੱਗੇ ਟਿਕਟਾਂ ਦਾ ਜਦ ਸਾਹਮਣੇ ਆਉਣਗੀਆਂ, ਤਾਂ ਵੱਡੇ ਚਿਹਰੇ ਜਿਹੜੇ ਪੰਜਾਬ ਦੀ ਸਿਆਸਤ ਦੇ ਵਿੱਚ ਨਜ਼ਰ ਆਉਂਦੇ ਹਨ ਉਹ ਕਿੱਥੋਂ ਕਿੱਥੋਂ ਲੜਨਗੇ, ਇੱਕ ਵੱਡਾ ਸਵਾਲ ਬਣਿਆ ਹੋਇਆ। ਲੇਕਿਨ ਇੱਥੇ ਅੱਜ ਇਸ ਮੰਚ ਦੇ ਉੱਤੇ ਅਸੀਂ ਜਿਹੜੀ ਸਵਾਲ ਤੁਹਾਡੇ ਲਈ ਲੈ ਕੇ ਆਏ ਹਾਂ ਕਿ ਤੁਸੀਂ ਕਿਸ ਏਰੀਆ ਤੋਂ ਕਿਸ ਰੀਪ੍ਰਜੈਂਟੇਟਿਵ ਨੂੰ ਚਾਹੁੰਦੇ ਹੋ। ਜੇਕਰ ਅਸੀਂ ਪਟਿਆਲਾ ਚਲੇ ਜਾਂਦੇ ਹਾਂ ਤਾਂ ਧਰਮਵੀਰ ਗਾਂਧੀ ਉੱਥੋਂ ਦੀ ਸਟਰੋਂਗ ਕੈਂਡੀਡੇਟ ਮੰਨੇ ਜਾ ਰਹੇ ਹਨ, ਔਰ ਓਪੀਨੀਅਨ ਪੋਲ ਇਹ ਕਹਿੰਦੀ ਹੈ, ਤਮਾਮ ਜਿਹੜੇ ਨਿੱਜੀ ਚੈਨਲ ਭਾਰਤ ਦੇ ਵਿੱਚ ਚੱਲਦੇ ਹਨ ਉਹਨਾਂ ਨੇ ਕਿਹਾ ਕਿ 11 ਸੀਟਾਂ ਜਿਹੜੀ ਹੈ ਉਹ ਕਾਂਗਰਸ ਦੇ ਖਾਤੇ ਦੇ ਵਿੱਚ ਆ ਰਹੀਆਂ, ਔਰ ਦੋ ਸੀਟਾਂ ਜਿਹੜੀਆਂ ਉਹ BJP ਦੇ ਖਾਤੇ ਦੇ ਵਿੱਚ ਆ ਰਹੀਆਂ। 13 ਸੀਟਾਂ ਦੇ ਉੱਤੇ ਇਹ ਓਪੀਨੀਅਨ ਨਜ਼ਰ ਆ ਰਹੀ ਹੈ। ਕਈ ਨਿੱਜੀ ਚੈਨਲ ਇਹ ਵੀ ਕਹਿ ਰਹੇ ਹਨ ਕਿ 9 ਸੀਟਾਂ ਕਾਂਗਰਸ ਦੇ ਖਾਤੇ ਦੇ ਵਿੱਚ ਜਾਣਗੀਆਂ, 3 ਜਾਣਗੀਆਂ ਤੁਹਾਡੇ BJP ਦੇ, ਔਰ 1 ਜਿਹੜੀ ਆ ਉਹ ਅਦਰਸ ਦੇ ਵਿੱਚ ਚਲੀ ਜਾਏਗੀ। ਲੇਕਿਨ ਹੁਣ ਵੱਡੇ ਸਵਾਲ ਇੱਥੇ ਇਹ ਬਣੇ ਹੋਏ ਹਨ ਕਿ ਜਿਨ੍ਹਾਂ ਰੀਪ੍ਰਜੈਂਟੇਟਿਵ ਨੂੰ, ਜਿਨ੍ਹਾਂ ਕੈਂਡੀਡੇਟਸ ਨੂੰ ਕਾਂਗਰਸ ਦੀ ਤਰਫੋਂ ਮੈਦਾਨ ਦੇ ਵਿੱਚ ਉਤਾਰਿਆ ਗਿਆ, ਤਾਂ ਤੁਹਾਨੂੰ ਕੀ ਲੱਗਦਾ? ਇੱਕ ਸੀਟ ਦੇ ਉੱਤੇ ਮੈਂ ਤੁਹਾਡਾ ਧਿਆਨ ਹੋਰ ਲੈ ਕੇ ਜਾਣਾ ਚਾਹੁੰਦਾ, ਖਡੂਰ ਸਾਹਿਬ। ਉਹ ਸੀਟ ਵੀ ਬਹੁਤ ਇਸ ਟਾਈਮ ਹੌਟ ਸੀਟ ਬਣੀ ਹੋਈ ਹੈ, ਕਿਉਂਕਿ ਖਡੂਰ ਸਾਹਿਬ ਤੋਂ ਬੀਬੀ ਪਰਮਜੀਤ ਕੌਰ ਖਾਲੜਾ ਉਸ ਪਰਿਵਾਰ ਤੋਂ ਸੰਬੰਧ ਰੱਖਦੇ ਹਨ ਜਿਨ੍ਹਾਂ ਨੇ ਹਿਊਮਨ ਰਾਈਟਸ ਦੇ ਲਈ ਸ਼ਹੀਦ ਹੋਏ, ਔਰ ਕੌਮ ਨੂੰ ਇੱਕ ਅਜਿਹਾ ਸਵਾਲ ਛੱਡ ਕੇ ਚਲੇ ਗਏ ਕਿ ਜੇਕਰ ਕੋਈ ਖੁੱਲ੍ਹ ਕੇ ਗੱਲ ਕਰਦਾ ਮਾਨਵ ਅਧਿਕਾਰਾਂ ਦੀ, ਤਾਂ ਉਹਨਾਂ ਨੂੰ ਇਸ ਤਰੀਕੇ ਨਾਲ ਸ਼ਹਾਦਤ ਦੇਣੀ ਪੈਂਦੀ ਹੈ। ਉਹਨਾਂ ਨੂੰ ਵੀ ਅਸੀਂ ਮੁੱਦੇ ਦੇ ਵਿੱਚ ਇਸ ਮੰਚ ਦੇ ਉੱਤੇ ਲੈ ਕੇ ਜ਼ਰੂਰ ਆਏ ਸੀਗੇ, ਔਰ ਉਹਨਾਂ ਨੇ ਆਪਣੇ ਵਿਚਾਰ ਰੱਖੇ ਸੀਗੇ। ਉੱਥੇ ਸ਼੍ਰੋਮਣੀ ਅਕਾਲੀ ਦਲ ਨੇ ਬੀਬੀ ਜਗੀਰ ਕੌਰ ਨੂੰ ਉਮੀਦਵਾਰ ਜਿਹੜਾ ਉਹ ਥਾਪਿਆ,
जिज सिंह जिहड़े कि उम्मीदवार सीगे टकसाली श्रोमणी अकाली दल दे, ओ लेकिन उन्हां दा नां जिहड़ा हुण हाल फिलहाल दे विच बैकआउट कर लिता गया है। तो कांग्रेस भी यही सोच रही थी कि असी भी अपने जिस कैंडीडेट नूं उतारांगे मैदान दे विच ओ खडूर साहब तो ना होए, क्योंकि खडूर साहब जिहड़ी इस टाइम हॉट सीट इस करके बनी हुई है क्योंकि पहला भी बीबी परमजीत कौर खालड़ा जद 2002 दे चोणां दे विच सीगे ते उत्थों दी उन्होंने चोण लड़े सीगे, लेकिन उन्होंने हार दा सामना उत्थों दी करना पिया सीगा। लेकिन हुण हाल फिलहाल दे विच 2019 दे विच उन्होंने मुड़ तो पंजाब एकता पार्टी यानी कि एडहॉक ने जिहदे सुखपाल खहरा उन्हां दी पार्टी दी तरफों खडूर साहब तो उन्होंने चोण मैदान दे विच उतारिया गया। तो हुण धर्म नूं बचाउण दे लई और धर्म की अगवाई सही हत्तां दे विच जाउण दे लई सिख डायसपोरा बेनती करता होया वख वख पार्टी नूं नज़र आ रहा है कि तुसीं अपने किसी भी उम्मीदवार नूं ना उतारो, लेकिन श्रोमणी अकाली दल बीबी जगीर कौर नूं उतार दिंदी है और हुण उत्थों दी जिहड़ी कैंपेनिंग है बीबी जगीर कौर खडूर साहब तो करती है, जिहदे विच 9 विधानसभा हल्के आउंदे हन। उन्हां 9 विधानसभा हल्कियां दे विच श्रोमणी अकाली दल जिहड़ी है उह उन्हां दा गढ़ मजबूत है, उत्थे उन्हां दी हिमायत ज़्यादा होंदी है। लेकिन हुण परमजीत कौर कौर खालड़ा जो कि पंजाब एकता पार्टी तो मुड़ तो उन्हां सामने लड़नगे, तो हुण वेखना यह होएगा कि वह सीट किहदे खाते दे विच जाउंदी है। इस सीट दे उत्ते भी सिख डायसपोरा दी यानी कि तुहाडी नज़र हैगी है। पल पल की जानकारी असी उस सीट की भी तुहानू देंदे रहांगे। असी कोशिश कर रहे हैं कि फोन लाइन के उत्ते असी ओपीनियन लईए और जरूर असी पंजाब की धरती दे विच की चल रहा है वह भी जानना चाहते हैं। सीनियर जर्नलिस्ट पंजाब दे ने उन्हां नाल असी राबता कायम करने की कोशिश कर रहे हैं, कोशिश करते हैं उन्होंने तुहाडे लई लैके आवांगे ब्रेक तो बाद। ब्रेक तो बाद स्वागत है साढ़े सारे दर्शकों का। तो मैं हुण चाहना कि तुसी अपने जरूर साढ़े नाल प्रतिक्रम रखो, तुसी 13 सीटां दे उत्ते किस कैंडीडेट नूं चाहुंदे हो और क्यों चाहुंदे हो, कि तुहानूं क्यों लगता कि यह कैंडीडेट जिहड़ा वह इस सीट तो जित के सामने आना चाहिए। हाल फिलहाल दे विच जिन्हां सीटां दे उत्ते उम्मीदवारां दा नां घोषित होया उन्हां दे उत्ते तुहानूं की लगता कि इस सीट दे उत्ते यही उम्मीदवार ठीक बैठणगे? श्रोमणी अकाली दल जिहड़ा हुण बैकफुट दे आया उहदे कारण तुहानूं क्यों की लगदे हन, क्योंकि लंबे समय तो बेदबी मामलों के उत्ते घिरदी हुई श्रोमणी अकाली दल नज़र आई। टकसाली श्रोमणी अकाली दल भी बनी बकायदा तौर दे उत्ते ब्रह्मपुर आहोरी जो कि पार्टी नूं छड्ड के जिन्हां ने अलविदा पार्टी नूं कहा। हुण खरीद फरोख्त की भी जिहड़ी गल है वह सामने आ रही है, कई पार्टी दे लीडर सीनियर लीडर कांग्रेस पार्टी नूं छड्ड के बीजेपी दे विच शामिल हो रहे हैं, बीजेपी दे छड्ड के कांग्रेस दे विच शामिल हो रहे हैं। तो हुण जिहड़ी अल्टा पलटी की राजनीति असी वेख रहे हैं वह भी हुण शुरू हो गई है। लेकिन कहने का भाव है कि प्रोग्रेसिव किवें होएगा भारत, प्रोग्रेसिव किवें होएगा पंजाब, असी इस नूं जरूर नज़र दे विच रखना है। हुण जिहड़े 13 पार्लीमेंट नूं ऑलरेडी रीप्रजेंट कर चुके हैं उन्हां दे मुद्दे की सीगे कि उन्होंने वाकई ही पार्लीमेंट दे विच अपने पार्लीमेंट सीट दे मुद्दियां नूं उठाया सीगा, क्योंकि पार्लीमेंट दे विच असी कई अजिहे कैंडीडेट्स सीगे जिन्हां नूं असी वेख्या ही नहीं बोलदे होए, क्योंकि जां ते उन्हां दी पहली टर्म सीगी जां फिर उन्हां नूं एक्सपीरियंस नहीं सीगा कि उन्हां नूं किहड़े किहड़े मुद्दे उस भवन दे विच लैके जाने जिथे तुसीं पंजाब की हिमायत कर सको, क्योंकि वड्डा फंड जिहड़ा वह केंद्र सरकार तो तुहानूं मिलदा है और जब केंद्र सरकार तुहानूं फंड रिलीज़ करती है तो तुसीं उस फंड्स नूं इंप्लीमेंट करदे हो अपने पार्लीमेंट सीट दे विच। किसी पार्लीमेंट सीट दे विच 15 हल्के आउंदे हन, किसी पार्लीमेंट सीट दे विच 10 हल्के आउंदे हन, लेकिन उन्हां हल्कियां नूं तुसीं किवें फंड्स मुहैया करा के एक पिंड तो शुरुआत करके एक सिटी तक लैके जाने और उस पिंड का जिहड़ा मॉडल है वह किवें चेंज कर दिओ। मैं अगर मैनू ठीक याद है तो मैं सिर्फ पार्लीमेंट दे विच भगवंत मान नूं बोलदे हुए नज़र आए, चंदू माजरा नज़र आए बोलदे हुए, हरसिमरत कौर बादल नज़र आए बोलदे हुए, लेकिन मैं किसी धर्मवीर गांधी नज़र आए पंजाब पटियाला तो रीप्रजेंट करते हैं। तो मैनू लगता कि उन्हां रीप्रजेंटेटिव की लोड़ है पार्लीमेंट के जिन्हों उन्हों हल्कियां दे इशूज पता होन, जब तक उन्होंने उस हल हुण सन्नी देओल हुशियारपुर तो गुरदासपुर तो जिन्होंने सामने लैके आया जा रहा है उन्होंने की पता होएगा, उन्होंने अपनी पूरी जिंदगी जिहड़ी है वह एक्टिंग दे विच दित्ती। गदर एक प्रेम कथा उन्हां दी मूवी जिहड़ी है वह बड़ी फेमस हुई सी, तो एक तुहानूं लगता कि वह फेमस अदाकार नूं तुसीं सामने लिया के उन्हां पार्लीमेंट सीट के मुद्दों
ਤੁਸੀਂ ਠੀਕ ਕਰ ਸਕਦੇ ਹੋ। ਤਾਂ ਮੈਂ ਇਸ ਗੱਲ ਨੂੰ ਜ਼ਰੂਰ ਸਹਿਮਤ ਹੈਗਾ ਕਿ ਤੁਹਾਡੀ ਜੇਕਰ ਰੂਟਸ ਉਸ ਏਰੀਆ ਤੋਂ ਨੇ, ਤੁਹਾਨੂੰ ਉਸ ਏਰੀਆ ਦੇ ਇਸ਼ੂਸ ਪਤਾ ਹਨ, ਤਾਂ ਤੁਸੀਂ ਪਾਰਲੀਮੈਂਟ ਦੇ ਵਿੱਚ ਜਾ ਕੇ ਠੋਕ ਕੇ ਸਪੀਕਰ ਦੇ ਸਾਹਮਣੇ ਬੋਲ ਸਕਦੇ ਹੋ। ਔਰ ਤੁਸੀਂ ਜੇਕਰ ਵਿਰੋਧੀ ਧਿਰ ਦੇ ਵਿੱਚ ਹੋ ਤਾਂ ਤੁਸੀਂ ਜਿਹੜੀ ਹਾਕਮ ਸਰਕਾਰ ਹੈ ਉਹਨੂੰ ਘੇਰ ਸਕਦੇ ਹੋ। ਤਾਂ ਤੇਰਾ ਰੀਪ੍ਰਜੈਂਟੇਟਿਵ ਪੰਜਾਬ ਦੀ ਸਿਆਸਤ ਦੇ ਵਿੱਚ ਬੜੇ ਮਾਇਨੇ ਰੱਖਦੇ ਹਨ ਜੇਕਰ ਅਸੀਂ ਪੰਜਾਬ ਨੂੰ ਪ੍ਰੋਗਰੈਸਿਵ ਕਰਨਾ। ਹੁਣ ਕਿਹੜੇ ਕਿਹੜੇ ਕੈਂਡੀਡੇਟ ਸਾਹਮਣੇ ਆਉਣਗੇ ਵੱਖ ਵੱਖ ਪਾਰਟੀਆਂ ਤੋਂ, ਉਹਦੀ ਵੀ ਜਾਣਕਾਰੀ ਅਸੀਂ ਤੁਹਾਨੂੰ ਜ਼ਰੂਰ ਦਿੰਦੇ ਰਹਾਂਗੇ। ਮੇਰੇ ਨਾਲ ਕਾਲਰ ਜੁੜਨੇ ਸ਼ੁਰੂ ਹੋ ਚੁੱਕੇ ਹਨ, ਉਹਨਾਂ ਦੇ ਵਿਚਾਰ ਲੈ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਭਾਈ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਇਹ ਭਾਜੀ, ਜਿਹੜਾ ਤੁਹਾਡਾ ਤੁਸੀਂ ਮੁੱਦਾ ਚੰਗਾ ਲੈ ਆਏ ਹੋ ਤੇ ਉਹਦੇ ਵਿੱਚ ਤਿੰਨ ਉਮੀਦਵਾਰ ਇਹੋ ਜਿਹੇ ਨੇ ਜਿਨ੍ਹਾਂ ਨੇ ਗੱਲ ਕਰਨੀ ਕਰਨੀ ਆ ਉੱਥੇ ਜਾ ਕੇ। ਪਹਿਲੀ ਤਾਂ ਬੀਬੀ ਕਾਲੜਾ ਜੇ ਜਿੱਤ ਜਾਂਦੇ ਨੇ, ਦੂਜੀ ਹੈ ਦੂਜੇ ਆਪਣੇ ਖਹਿਰਾ ਸਾਹਿਬ, ਤੀਜੇ ਹੈਗੇ ਨੇ ਆਪਣੇ ਗਾਂਧੀ। ਇਹ ਤਿੰਨ ਸੀਟਾਂ ਦਾ ਤੁਸੀਂ ਪੱਕੀਆਂ ਕਰਕੇ ਰੱਖੋ, ਬਾਕੀ ਬਾਰੇ ਮੈਂ ਤੁਹਾਨੂੰ ਦੱਸਦਾ। ਹਜੇ ਇਸ ਤਰ੍ਹਾਂ ਭਾਜੀ, ਤੁਸੀਂ ਜਿੰਨਿਆਂ ਨੂੰ ਵੀ ਜਿਤਾਇਆ ਅੱਜ ਤੱਕ, ਜਿੰਨਾਂ ਤੇ ਵੀ ਤੁਸੀਂ ਪੱਤੇ ਖੇਡੇ ਅੱਜ ਤੱਕ, ਉਹ ਸਾਰੇ ਤੁਹਾਡੇ ਵਿਰੋਧ ਵਿੱਚ ਭੁਗਤੇ। ਗਾਂ ਵੀ ਇਹਨਾਂ ਨੇ ਕਿਹੜਾ ਤੁਹਾਡੇ ਹੱਕ 'ਚ ਭੁਗਤਣਾ? ਤੇ ਜਿਹੜੀਆਂ 8 ਸੀਟਾਂ ਨੇ ਉਹਨਾਂ ਦਾ ਤੁਸੀਂ ਹਜੇ ਇਸ ਤਰ੍ਹਾਂ ਦਾ ਸਸਪੈਂਸ ਬਣਾ ਕੇ ਰੱਖੋ ਵੀ ਜਿਹੜੇ ਮਤਲਬ 8 ਉਮੀਦਵਾਰ ਆ ਜਿਹੜੇ ਵਧੀਆ, ਉਹ ਆਜ਼ਾਦਾਨਾ ਤੌਰ ਤੇ ਖੜੇ ਕਰੋ, ਤੇ ਜਿੱਦਣ ਇਹ ਸਾਰੇ ਫਾਈਲਿੰਗ ਦੀ ਅਖੀਰਲੀ ਡੇਟ ਹੋਵੇਗੀ, ਜਦੋਂ ਇਹ ਮਤਲਬ ਵੀ ਇਹਨਾਂ ਨੇ ਕਾਗਜ਼ ਕੋਈ ਜਿਹੜੀ ਡੇਟ ਹੁੰਦੀ ਹੈ ਵੀ ਉੱਧਰ ਵਾਪਸ ਲੈ ਸਕਣ, ਉਦੋਂ ਤੱਕ ਤੁਸੀਂ ਇਹ ਨਾ ਪਤਾ ਲੱਗਣ ਦਿਓ ਕਿਹਨਾਂ ਨੂੰ ਵੋਟਾਂ ਪਾਉਣੀਆਂ ਨੇ, ਬਾਅਦ 'ਚ ਦੇਖਾਂਗੇ। ਇੱਕ ਸਸਪੈਂਸ ਪਾ ਕੇ ਰੱਖੋ, ਬਸ ਆਹੀ ਕਹਿਣਾ ਸੀ ਮੈਂ। ਠੀਕ ਹੈ ਭਾਈ ਸਾਹਿਬ, ਇਹਨਾਂ ਨੇ ਜਿਹੜੀ ਗੱਲ ਕਹੀ, ਇਹਨਾਂ ਨੇ ਨਾਮ ਦਿੱਤਾ ਪਰਮਜੀਤ ਕੌਰ ਖਾਲਸਾ ਹੋਰਾਂ ਦਾ, ਜੋ ਕਿ ਖਡੂਰ ਸਾਹਿਬ ਨੂੰ ਰੀਪ੍ਰਜੈਂਟ ਕਰ ਰਹੇ ਹਨ। ਸੁਖਪਾਲ ਖਹਿਰਾਂ ਦੇ ਉੱਤੇ ਅਜੇ ਸਸਪੈਂਸ ਬਰਕਰਾਰ ਹੈ, ਕਿਉਂਕਿ ਉਹ ਚਾਹੁੰਦੇ ਹਨ ਕਿ ਜਿੱਥੋਂ ਦੀ ਬੀਬੀ ਹਰਸਿਮਰਤ ਕੌਰ ਬਾਦਲ ਚੋਣ ਲੜਨਗੇ ਉਹ ਉੱਥੋਂ ਦੀ ਚੋਣ ਲੜਨਾ ਚਾਹੁੰਦੇ ਹਨ। ਤਾਂ ਲੇਕਿਨ ਸਸਪੈਂਸ ਪਾਰਟੀ ਨੇ, ਵੱਖ ਵੱਖ ਪਾਰਟੀਆਂ ਨੇ ਬਣਾ ਕੇ ਰੱਖਿਆ ਹੋਇਆ, ਔਰ ਉਹ ਕਿਹੜੇ ਉਮੀਦਵਾਰ ਮੈਦਾਨ ਦੇ ਵਿੱਚ ਉਤਾਰੇਗੀ, ਇੱਕ ਵੱਡਾ ਸਵਾਲ ਬਣਿਆ ਹੋਇਆ। ਮੈਂ ਇੱਥੇ ਜ਼ਰੂਰ ਇਗਜ਼ਾਮਪਲ ਦੇ ਰਿਹਾ ਸੀਗਾ, ਜੇਕਰ ਅਸੀਂ ਚਾਹੁੰਦੇ ਹਾਂ ਕਿ ਹਾਂ ਵਾਕਈ ਹੀ ਅਸੀਂ ਆਪਣੇ ਜੇਕਰ ਧਰਮ ਨੂੰ ਬਚਾਉਣਾ, ਜੇਕਰ ਸਿੱਖੀ ਨੂੰ ਬਚਾਉਣਾ, ਜੇਕਰ ਅਸੀਂ ਉੱਥੇ ਪੰਜਾਬੀ ਮਾਂ ਬੋਲੀ ਨੂੰ ਬਚਾਉਣਾ, ਜੇਕਰ ਅਸੀਂ ਚਾਹੁੰਦੇ ਕਿ ਸਿੱਖਿਆ ਦਾ ਮਿਆਰ ਉੱਥੇ ਵਧੇ, ਜੇਕਰ ਅਸੀਂ ਚਾਹੁੰਦੇ ਹਾਂ ਕਿ ਬੱਚੇ ਸਾਡੇ ਵਧੀਆ ਤੋਂ ਵਧੀਆ ਐਜੂਕੇਸ਼ਨ ਪ੍ਰਾਪਤ ਕਰਨ ਤਾਂ ਕਿ ਉਹਨਾਂ ਨੂੰ ਬਾਹਰ ਨਾ ਆਉਣਾ ਪਏ, ਯੂਨੀਵਰਸਿਟੀਆਂ ਉੱਥੇ ਖੁੱਲ੍ਹਣ, ਉੱਥੇ ਹੋਸਪਿਟਲਸ ਦਾ ਮਿਆਰ ਇਸ ਤਰੀਕੇ ਨਾਲ ਵਧੇ ਕਿ ਜੋ ਕੈਂਸਰ ਦੀਆਂ ਬਿਮਾਰੀਆਂ ਝੇਲ ਰਹੇ ਹਨ ਪਰਿਵਾਰ ਉੱਥੇ, ਉਹ ਉਹਨਾਂ ਤੋਂ ਬਾਹਰ ਨਿਕਲਣ। ਤਾਂ ਮੈਨੂੰ ਲੱਗਦਾ ਕਿ ਜੇਕਰ ਉਹ ਪਾਰਲੀਮੈਂਟਰੀ ਯਾਨੀ ਕਿ ਉਹ ਮੈਂਬਰ ਆਫ ਪਾਰਲੀਮੈਂਟ ਆਪਣੇ ਹਲਕੇ ਦੇ ਬਾਰੇ ਜਾਣੂ ਹੋਏਗਾ, ਜੇਕਰ ਉਹਨੂੰ ਪਤਾ ਹੋਏਗਾ ਕਿ ਮੇਰੇ ਇਸ ਪਾਰਲੀਮੈਂਟ ਸੀਟ ਦੇ ਵਿੱਚ ਇੰਨੇ ਹਲਕੇ ਆਉਂਦੇ ਹਨ, ਉਹਨੂੰ ਜੀਓਗ੍ਰਾਫਿਕਲ ਪਤਾ ਹੋਏਗਾ ਕਿ ਮੈਂ ਇਸ ਜੀਓਗ੍ਰਾਫਿਕਲ ਦੇ ਵਿੱਚ ਮੇਰੇ ਇਹ ਪਿੰਡ ਨੇ, ਖਾਸ ਤੌਰ 'ਤੇ ਮੈਨੂੰ ਲੱਗਦਾ ਕਿ ਪਿੰਡਾਂ ਨੂੰ ਪ੍ਰੋਗਰੈਸਿਵ ਕਰਨ ਦੀ ਲੋੜ ਹੈ। ਜੇਕਰ ਪਿੰਡ ਪ੍ਰੋਗਰੈਸਿਵ ਹੁੰਦਾ ਤਾਂ ਆਪਣੇ ਆਪ ਹੀ ਰੂਰਲ ਤੋਂ ਅਰਬਨ ਏਰੀਆ ਪ੍ਰੋਗਰੈਸਿਵ ਹੋ ਸਕਦਾ, ਲੇਕਿਨ ਰੂਰਲ ਏਰੀਆ ਪਾਰਲੀਮੈਂਟ ਮੈਂਬਰ ਆਫ ਪਾਰਲੀਮੈਂਟ ਨੂੰ ਜਾਂ ਫਿਰ ਉਸ ਉਮੀਦਵਾਰ ਨੂੰ ਪਤਾ ਹੋਣਾ ਚਾਹੀਦੇ ਹਨ। ਤਾਂ ਮੈਂ ਜ਼ਰੂਰ ਚਾਹੁੰਦਾ ਕਿ ਤੁਸੀਂ ਹੁਣ ਕੀ ਉਮੀਦਾਂ ਇਹਨਾਂ ਤੋਂ ਲਗਾ ਕੇ ਰੱਖ ਰਹੇ ਹੋ ਕਿ ਕਿੰਨਾ ਪੜ੍ਹਾ ਲਿਖਾ ਹੋਣਾ ਚਾਹੀਦਾ, ਕਿਹਨੂੰ ਕਿਸ ਪਿੰਡ ਤੋਂ ਕਿਹੜੀ ਨਹਿਰ ਕਿੱਥੇ ਜਾ ਰਹੀ ਹੈ, ਉਹਨੂੰ ਪਤਾ ਹੋਣਾ ਚਾਹੀਦਾ ਕਿ ਆਖਿਰਕਾਰ ਕਿ ਮੇਰੇ ਇਸ ਪਾਰਲੀਮੈਂਟ ਸੀਟ ਦਾ ਜੋਗ੍ਰਾਫਿਕਲ ਅਗਰ ਮੈਂ ਉਹਨੂੰ ਮੈਪ ਦੇ ਵਿੱਚ ਉਹਨੂੰ ਪਤਾ ਹੋਏਗਾ ਤਾਂ ਓਬਵੀਅਸ ਜੀ ਗੱਲ ਹੈ ਕਿ ਉਹ ਆਪਣੇ ਉਸ ਪਿੰਡ ਨੂੰ, ਉਸ ਪਾਰਲੀਮੈਂਟ ਸੀਟ ਨੂੰ ਪ੍ਰੋਗਰੈਸਿਵ ਕਰ ਸਕਦਾ ਹੈ। ਸਸਪੈਂਸ ਬਰਕਰਾਰ ਹੈ, ਪੱਤੇ ਖੁੱਲ੍ਹਣੇ ਸ਼ੁਰੂ ਹੋ ਚੁੱਕੇ ਹਨ, ਕਾਂਗਰਸ ਨੇ ਆਪਣੇ ਪੱਤੇ ਖੋਲ੍ਹ ਦਿੱਤੇ ਹਨ, ਸ਼੍ਰੋਮਣੀ ਅਕਾਲੀ ਦਲ ਵੀ ਖੋਲ੍ਹੇਗੀ, ਬੀਜੇਪੀ ਵੀ ਖੋਲ੍ਹੇਗੀ, ਕੌਣ ਕੌਣ ਉਮੀਦਵਾਰ ਕਿੱਥੋਂ ਹੋਏਗਾ ਇਹ ਵੀ ਤੁਹਾਨੂੰ ਜਾਣਕਾਰੀ ਦਿੰਦੇ ਰਹਾਂਗੇ। ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਜੀ ਆਪਾਂ ਗੱਲ ਕਰ ਰਹੇ ਸੀਗੇ ਲੋਕ ਸਭਾ ਚੋਣਾਂ ਦੀਆਂ, 2019 ਦੀਆਂ, ਵਿਸ਼ਲੇਸ਼ਣ ਥੋੜ੍ਹਾ ਜਿਹਾ ਕਰ ਰਹੇ ਸੀਗੇ, ਲੇਕਿਨ ਹੁਣ ਵਿਸ਼ਲੇਸ਼ਣ ਅਸੀਂ ਆਪਾਂ ਐਕਸਪਰਟ ਤੋਂ ਕਰ ਲਈਏ ਜੋ ਕਿ ਚੰਡੀਗੜ੍ਹ ਦੇ ਵਿੱਚ ਰਹਿੰਦੇ ਹਨ, ਔਰ ਪਿਛਲੇ ਲੰਬੇ ਸਮੇਂ ਤੋਂ ਉਹਨਾਂ ਦਾ ਤਜੁਰਬਾ ਹੈ ਪੱਤਰਕਾਰਿਤਾ ਦੇ ਵਿੱਚ। ਔਰ ਜੇਕਰ ਮੈਂ ਗੱਲ ਕਰਾਂ ਪੰਜਾਬ ਗਵਰਨਮੈਂਟ ਦੀ, ਤਾਂ ਪਲ ਪਲ ਦੀ ਜਾਣਕਾਰੀ ਸਭ ਤੋਂ ਪਹਿਲਾਂ ਇਸ ਸ਼ਖਸੀਅਤ ਦੇ ਕੋਲ ਹੁੰਦੀ ਹੈ ਔਰ ਇਹਨਾਂ ਦੇ ਅਦਾਰੇ ਦੇ ਕੋਲ ਹੁੰਦੀ ਹੈ, ਔਰ ਕਿਸੇ ਵੀ ਖਬਰ ਦੇ ਉੱਤੇ ਇਹਨਾਂ ਦੀ ਹਮੇਸ਼ਾ ਤਿਰਛੀ ਨਜ਼ਰ ਹੁੰਦੀ ਹੈ ਕਿਉਂਕਿ ਤਿਰਛੀ ਨਜ਼ਰ ਮੀਡੀਆ ਜਿਹੜਾ ਰੀਪ੍ਰਜੈਂਟ ਕਰਦੇ ਹਨ। ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਕਿੰਨੀ ਤਿਰਛੀ ਹੋ ਚੁੱਕੀ ਹੈ ਇਹ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਸਵਾਲ ਮੇਰਾ ਹੈਗਾ ਹੈ ਬਲਜੀਤ ਬੱਲੀ ਜੀ ਤੋਂ। ਬਲਜੀਤ ਬੱਲੀ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਇਸ ਪ੍ਰੋਗਰਾਮ ਅੱਜ ਦੇ ਮੁੱਦੇ ਦੇ ਵਿੱਚ। ਸ਼ੁਕਰੀਆ ਜੀ, ਤੁਹਾਡੇ ਸਾਰੇ ਦਰਸ਼ਕਾਂ ਨੂੰ ਮੇਰੀ ਸਤਿ ਸ਼੍ਰੀ ਅਕਾਲ ਸ਼ੁਭ ਸ਼ਾਮਾਂ।
ਬਲਜੀਤ ਜੀ ਕੀ ਕਹਿ ਰਹੀ ਹੈ ਪੰਜਾਬ ਦੀ ਸਿਆਸਤ, ਕਿਵੇਂ ਵੇਖ ਰਹੇ ਹਾਂ ਆਪਾਂ 2019 ਦੀਆਂ ਲੋਕ ਸਭਾ ਚੋਣਾਂ ਨੂੰ? ਦੇਖੋ ਇਸ ਤਰ੍ਹਾਂ ਵੀ ਆਮ ਤੌਰ ਤੇ ਪੰਜਾਬ ਦਾ ਜਿਹੜਾ ਮਾਣ ਹੈ ਉਹ ਪਿਛਲਾ ਤਜਰਬਾ ਇਹ ਦੱਸਦਾ ਕਿ ਮੁਲਕ ਨਾਲੋਂ ਵੱਖਰਾ ਹੀ ਹੁੰਦਾ ਤੌਰ ਤੇ ਦਾ ਜੀ। ਤੇ ਇਸ ਵਾਰ ਕੀ ਹੋਣਾ ਇਹ ਦੇਖਣਾ ਹੈ ਅਜੇ। ਉਹ ਪਿਛਲੀ 2000 ਸੀ ਔਰ ਇੰਨੀ ਵੱਡੀ ਵਿਕਟਰੀ ਮਿਲੀ, ਪਰ ਪੰਜਾਬ ਦੇ ਨਤੀਜੇ ਜਿਹੜੇ ਉਹ ਬਿਲਕੁਲ ਵੱਖਰੇ ਸੀ। ਇੱਥੇ 4 ਸੀਟਾਂ ਆਮ ਆਦਮੀ ਪਾਰਟੀ ਲੈ ਗਈ ਸੀ, ਕਾਂਗਰਸ ਨੂੰ 4 ਮਿਲੀਆਂ, ਬਾਕੀ ਉਹਨਾਂ ਨੂੰ ਥੋੜੀਆਂ ਸੀਟਾਂ ਮਿਲੀਆਂ ਸੀ ਅਕਾਲੀ ਦਲ ਨੂੰ ਤੇ ਬੀਜੇਪੀ ਨੂੰ। ਪੰਜਾਬ ਦਾ ਵਤੀਰਾ ਤਾਂ ਵੱਖਰਾ ਰਹਿੰਦਾ ਹੈ। ਇਸ ਵਾਰ ਜਿਹੜਾ ਅਜੇ ਉਹ ਸਮੁੱਚੇ ਤੌਰ ਤੇ ਦੇਖਿਆ ਜਾਵੇ ਤਾਂ ਇਹ ਹੈਗਾ ਕਿ ਅਕਾਲੀ ਦਲ ਜਿਹੜਾ ਉਹ 2017 ਦੇ ਵਿੱਚ ਬਹੁਤ ਡਾਊਨ ਆ ਗਿਆ ਸੀ, ਉਹਨੂੰ ਬੁਰੀ ਤਰ੍ਹਾਂ ਹਾਰ ਹੋਈ ਸੀ। ਉਸ ਤੋਂ ਬਾਅਦ ਵੀ ਅਜੇ ਤੱਕ ਵੀ ਅਕਾਲੀ ਦਲ ਦਾ ਜਿਹੜਾ ਅਕਸ ਹੈ ਉਹਨੂੰ ਕਾਫੀ ਢਾਹ ਲੱਗੀ ਹੈ, ਧਾਰਮਿਕ ਮੁੱਦੇ ਤੇ ਸਿੱਖ ਵਿਚਾਰਧਾਰਾ ਦੇ ਐਂਗਲ ਤੋਂ। ਠੀਕ ਹੈ ਜੀ। ਦੂਜੀਆਂ ਜਿਹੜੀ ਪਾਰਟੀ ਆਮ ਆਦਮੀ ਪਾਰਟੀ ਸੀ ਉਹ 2 ਧੜਿਆਂ ਚ ਵੰਡੀ ਗਈ ਹੈ। ਅਕਾਲੀ ਦਲ ਦੇ ਵਿੱਚ ਵੀ ਇੱਕ ਧੜਾ ਵੱਖ ਹੋ ਗਿਆ। ਆਮ ਆਦਮੀ ਪਾਰਟੀ ਦਾ ਪਹਿਲਾਂ ਹੀ ਡਾਊਨ ਸੀ ਤੇ ਗੁਰਦਾਸਪੁਰ ਚੋਣ ਹੋਈ, ਉਸ ਤੋਂ ਬਾਅਦ ਜਲੰਧਰ ਦੇ ਵਿੱਚ ਬਾਈ ਇਲੈਕਸ਼ਨ ਹੋਈ। ਆਮ ਆਦਮੀ ਪਾਰਟੀ ਦੇ ਜਿਹੜੇ ਗ੍ਰਾਫ ਹੈ ਉਹ ਸਭ ਨੂੰ ਦਿਸਦਾ ਗਿਆ ਕਿ ਡਾਊਨ ਹੀ ਜਾ ਰਿਹਾ। ਉਸ ਤੋਂ ਬਾਅਦ ਜਿਹੜੀ ਉਹਨਾਂ ਦੀ ਜਿਸ ਤਰ੍ਹਾਂ ਦੀ ਲੜਾਈ ਹੋਈ ਹੈ ਹੁਣ ਆਪਸ ਚ ਫੁੱਟ ਪੈ ਗਈ ਹੈ, ਉਹਦੇ ਨਾਲ ਉਹ ਜਿਹੜਾ ਤੀਜਾ ਬਦਲ ਦਾ ਜਿਹੜਾ ਉਮੀਦ ਜਾਂ ਸੰਕਲਪ ਸੀਗਾ ਉਹ ਤਾਂ ਹੁਣ ਘੱਟੋ ਘੱਟ ਇਸ ਚੋਣ ਦੇ ਵਿੱਚ ਉਹ ਖਤਮ ਹੋ ਗਿਆ। ਸੋ ਅਸੀਂ ਮੰਨ ਸਕਦੇ ਹਾਂ ਜੀ ਕਿ ਹੁਣ ਕਾਂਗਰਸ ਨੂੰ ਸਾਫ਼ ਤੌਰ ਤੇ ਫਾਇਦਾ ਪਹੁੰਚੇਗਾ ਇਹਨਾਂ ਸਾਰੇ ਪਾਰਟੀਆਂ ਦੇ ਜਿਹੜੇ ਆਪਸੀ ਮਤਭੇਦ ਹਨ। ਹਾਂ ਸਮੁੱਚੇ ਤੌਰ ਤੇ ਕਾਂਗਰਸ ਨੂੰ ਫਾਇਦਾ ਪਹੁੰਚੇਗਾ ਵਾਈਟ ਫਰੰਟ, ਪਰ ਕਾਂਗਰਸ ਸਰਕਾਰ ਦੀ ਜਿਹੜੀ ਕਾਰਗੁਜ਼ਾਰੀ ਹੈ ਉਹ ਵੈਸੇ ਤਾਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਚਾਹੀਦਾ ਤਾਂ ਇਹ ਹੈ ਜਾਂ ਅਸੂਲੀ ਤੌਰ ਤੇ ਤਾਂ ਕੌਮੀ ਮੁੱਦੇ ਜਿਹੜੇ ਨੈਸ਼ਨਲ ਮੁੱਦੇ ਹੈ ਪਾਰਲੀਮੈਂਟ ਦੇ ਨਾਲ ਸੰਬੰਧਿਤ ਜਿਹੜੇ ਹੈਗੇ ਉਹ ਪਾਰੂ ਹੋਣੇ ਚਾਹੀਦੇ ਆ, ਉਹਨਾਂ ਤੇ ਫਤਵਾ ਹੋਣਾ ਚਾਹੀਦਾ। ਠੀਕ ਹੈ ਜੀ। ਇਸ ਤਰ੍ਹਾਂ ਪਰ ਇਹ ਹੁੰਦਾ ਨੀ ਹੈ ਆਮ ਤੌਰ ਤੇ। ਉਹਦੇ ਚ ਸੂਬੇ ਦੀ ਜਿਹੜੀ ਸਰਕਾਰ ਹੈ ਉਹਦੀ ਜਿਹੜੀ ਕਾਰਗੁਜ਼ਾਰੀ ਹੈ ਤੇ ਪਲੱਸ ਜਿਹੜੀ ਨੈਸ਼ਨਲ ਪੋਲਿਟਿਕਸ ਹੈ ਉਹਦਾ ਰਲਾਅ ਹੋ ਜਾਂਦਾ, ਮਿਕਸਅਪ ਹੋ ਜਾਂਦਾ ਆਮ ਤੌਰ ਤੇ। ਠੀਕ ਹੈ ਜੀ। ਤੇ ਉਹਦੇ ਚ ਹੁਣ ਦੋਵੇਂ ਤਰ੍ਹਾਂ ਦੀ ਹੋਏਗੀ ਕਿ ਜਿਹੜੀ ਮੋਦੀ ਸਰਕਾਰ ਹੈ ਉਹਦੀ, ਕਿਉਂਕਿ ਉਹਦੇ ਵਿੱਚ ਹਿੱਸੇਦਾਰ ਨੇ ਅਕਾਲੀ। ਠੀਕ ਹੈ ਜੀ। ਉਹਦਾ ਉਹਦੀ ਕਾਰਗੁਜ਼ਾਰੀ ਤੇ ਮੁਕਾਬਲੇ ਤੇ ਜਿਹੜੀ ਹੈ ਪੰਜਾਬ ਕਾਂਗਰਸ ਦੀ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ਜਿਹੜੀ ਹੈ ਉਹ ਲੋਕਾਂ ਨੇ ਦੋਵਾਂ ਨੂੰ ਆਪਸ ਚ ਮੁਕਾਬਲਾ ਕਰਕੇ ਫਿਰ ਫੈਸਲਾ ਕਰ। ਠੀਕ ਹੈ ਜੀ। ਉਹਦੇ ਚ ਇਹ ਹੈਗਾ ਕਿ ਜਿਹੜੀ ਨੈਸ਼ਨਲ ਗਵਰਨਮੈਂਟ ਜਿਹੜੀ ਮੁੱਦੇ ਹੈਗੇ ਕੌਮੀ ਮੁੱਦੇ ਹੈਗੇ ਮੁਲਕ ਮੁੱਦੇ ਹੈਗੇ ਉਹ ਵੀ ਅਸਰ ਅੰਦਾਜ਼ ਹੁੰਦੇ ਆ, ਜਿਹਦੇ ਨਾਲ ਕਿਸਾਨੀ ਦੇ ਮੁੱਦੇ ਜੁੜੇ ਹੋਏ ਆ, ਬੇਰੁਜ਼ਗਾਰੀ ਜੁੜੇ ਹੋਏ ਆ, ਕਾਰੋਬਾਰ ਦੇ ਮੁੱਦੇ ਜੁੜੇ ਹੋਏ ਆ, ਡੀਮੋਨਟਾਈਜੇਸ਼ਨ ਹੋਈ ਉਹਦਾ ਅਸਰ ਪਿਆ, GST ਦਾ ਅਸਰ ਪਿਆ ਹੈਗੇ। ਦੂਜੇ ਪਾਸੇ ਕਾਂਗਰਸ ਦੀ ਆਪਣੀ ਜਿਹੜੀ ਸਰਕਾਰ ਹੈ ਉਸਨੇ ਲੋਕਾਂ ਨਾਲ ਜੋ ਵਾਅਦੇ ਕੀਤੇ ਸੀ ਜੋ ਲੋਕਾਂ ਨੂੰ ਉਹਦੀਆਂ ਉਮੀਦਾਂ ਸੀ ਕੀ ਪੂਰੀਆਂ ਹੋਈਆਂ ਕਿ ਨਹੀਂ ਹੋਈਆਂ, ਇਹ 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 ਮਸਲਾ ਜਿਹੜਾ ਵੀ ਇਸ ਇਹਨਾਂ ਚੋਣਾਂ ਦੇ ਵਿੱਚ ਬਹੁਤ ਅਹਿਮ ਮੁੱਦਾ ਬਣੇਗਾ। ਸੋ ਜੇ ਸਮੁੱਚੇ ਤੌਰ ਤੇ ਦੇਖਿਆ ਤਾਂ ਕਾਂਗਰਸ ਪਾਰਟੀ ਦੀ ਜਿਹੜੀ 2 ਸਾਲ ਦੀ ਕਾਰਗੁਜ਼ਾਰੀ ਹੈ ਉਹਦੇ ਤੇ ਵੀ ਬੜੇ ਕਿੰਤੂ ਪਰੰਤੂ ਹੈਗੇ ਨੇ। ਠੀਕ ਹੈ ਬਲੀ ਜੀ। ਇੱਥੇ ਜਿਹੜੇ ਸੀਨੀਅਰ ਲੀਡਰਸ਼ਿਪ ਹੈ ਯਾਨੀ ਕਿ ਸੁਖਪਾਲ ਖਹਿਰਾ, ਤੁਹਾਨੂੰ ਕੀ ਲੱਗਦਾ ਉਹ ਕਿੱਥੋਂ ਟਿਕਟ ਲੈ ਸਕਦੇ ਹਨ ਜਾਂ ਫਿਰ ਉਹ ਕਿੱਥੋਂ ਲੜਨਗੇ? ਹਰਸਿਮਰਤ ਕੌਰ ਬਾਦਲ ਕਿੱਥੋਂ ਲੜਨਗੇ? ਧਰਮਵੀਰ ਗਾਂਧੀ ਨੂੰ ਮੁੜ ਤੋਂ ਪਟਿਆਲਾ ਤੋਂ ਟਿਕਟ ਜਿਹੜੀ ਆ ਉਹ ਮਿਲੀ ਹੈ ਜਾਂ ਫਿਰ ਮਿਲਣੀ ਹੈ ਜਾਂ ਫਿਰ ਬਕਾਇਦਾ ਉਹਦਾ ਰਸਮੀ ਐਲਾਨ ਹੋਣਾ? ਉਹ ਸਾਰੀ ਜਿਹੜੇ ਕਿਆਸ ਲਗਾਏ ਜਾ ਰਹੇ ਹਨ, ਵੱਡੇ ਜਿਹੜੇ ਚਿਹਰੇ ਹਨ ਕਾਂਗਰਸ ਨੇ ਤਾਂ ਆਪਣੇ ਜੋ ਕਿ ਹੋਣ ਦੇ ਵਿੱਚ ਸੀਗੇ ਉਹਨਾਂ ਦੇ ਨਾਂ ਉਜਾਗਰ ਕਰ ਦਿੱਤੇ ਹਨ, ਲੇਕਿਨ ਜੇਕਰ ਅਸੀਂ ਦੂਜੀ ਪਾਰਟੀਆਂ ਦੀ ਗੱਲ ਕਰੀਏ, ਅਕਾਲੀ ਦਲ ਦੀ ਗੱਲ ਕਰੀਏ, ਆਮ ਆਦਮੀ ਪਾਰਟੀ ਦੀ ਗੱਲ ਕਰੀਏ, ਤਾਂ ਉੱਥੇ ਕੀ ਤਸਵੀਰ ਤੁਹਾਨੂੰ ਨਜ਼ਰ ਆ ਰਹੀ ਹੈ? ਦੇਖੋ ਕਾਂਗਰਸ ਦੇ ਵੀ ਅਜੇ 7 ਕੈਂਡੀਡੇਟ ਰਹਿੰਦੇ ਨੇ, ਸਟੇ ਕੀਤੇ ਨੇ ਉਹਨਾਂ ਨੇ ਜੀ,
ਜਿਹੜੇ ਤੇ ਸੁਖਪਾਲ ਖਹਿਰਾ ਦੀ ਜੋ ਉਮੀਦ ਹੈ ਉਹ ਹੈਗੀ ਬਠਿੰਡੇ ਤੋਂ। ਠੀਕ ਹੈ ਜੀ, ਲਗਭਗ ਇੰਡੀਕੇਸ਼ਨ ਦੇ ਦਿੱਤੀਆਂ ਉਹਨਾਂ ਨੇ ਬਠਿੰਡੇ ਤੋਂ ਚੋਣ ਲੜਨੀ ਹੈ। ਠੀਕ ਹੈ ਜੀ, ਫਿਲਹਾਲ ਰਸਮੀ ਤੌਰ ਤੇ ਚਲੋ ਐਲਾਨ ਨਹੀਂ ਕੀਤਾ ਬੇਸ਼ੱਕ ਉਹਨਾਂ ਨੇ, ਪਰ ਕਹਿ ਦਿੱਤਾ ਉਹਨਾਂ ਨੇ ਕਿ ਉਹ ਉੱਥੇ ਚੋਣ ਲੜਨਗੇ, ਕਿਤੇ ਉੱਥੇ ਐਕਸਰਸਾਈਜ਼ ਵੀ ਸ਼ੁਰੂ ਕਰਤੀ ਉਹਨਾਂ ਨੇ। ਬੀਬੀ ਉੱਥੋਂ ਲੜੇਗੀ ਕਿ ਬੀਬੀ ਫਿਰੋਜ਼ਪੁਰ ਜਾ ਰਹੀ ਹੈ? ਬੀਬੀ ਜੋ ਹੁਣ ਤੱਕ ਪਾਰਟੀ ਦੇ ਅੰਦਰ ਉਹ ਕਨਸੋਆ ਮਿਲ ਗਿਆ ਨੇ ਉਹ ਤਾਂ ਇਹੀ ਹੈ ਕਿ ਉਹ ਬੀਬੀ ਉੱਥੇ ਲੜੇਗੀ, ਪਰ ਫਿਰੋਜ਼ਪੁਰ ਸੀਟ ਤੋਂ ਸੁਖਬੀਰ ਬਾਦਲ ਲੜਨਗੇ। ਇਸ ਤਰ੍ਹਾਂ ਦੀ ਅੰਦਰੋਂ ਜਿਹੜੀ ਹੈ ਉਹ ਸੂਚਨਾ ਜਿਹੜੀ ਜਾਣਕਾਰੀ ਹੈਗੀ ਪਾਰਟੀ ਦੇ ਅੰਦਰੋਂ ਮਿਲੀ ਹੋਈ ਹੈ। ਪਰ ਫਿਰ ਵੀ ਜਿਹੜੀਆਂ ਪਾਰਟੀਆਂ ਨੇ ਆਮ ਤੌਰ ਤੇ ਇਹ ਦੋਵੇਂ ਪਾਰਟੀਆਂ ਇਹਨਾਂ ਕੁਛ ਸੀਟਾਂ ਤੇ ਇੱਕ ਦੂਜੇ ਵੱਲ ਦੇਖ ਰਹੀਆਂ ਨੇ ਦੂਸਰਾ ਕਿਸ ਨੂੰ ਕੈਂਡੀਡੇਟ ਲਿਆਉਂਦਾ। ਬਠਿੰਡੇ ਦੀ ਜਿਹੜੀ ਬਠਿੰਡੇ ਦੀ ਕਾਂਗਰਸ ਵਾਸਤੇ ਸਮੱਸਿਆ ਹੈਗੀ ਹੈ ਕਿਉਂਕਿ ਬਠਿੰਡੇ ਦੀ ਜਿਹੜੀ ਸੀਟ ਹੈ ਉਹਦੇ ਤੇ ਹਰਕਿਰਨ ਕੌਰ ਬਾਦਲ ਤੋਂ ਜੱਦੀ ਹਲਕਾ ਕਹਿ ਸਕਦੇ ਹਾਂ ਬਾਦਲ ਪਰਿਵਾਰ ਦਾ ਇਹ, ਤੇ ਹਰਸਿਮਰਤ ਕੌਰ ਜਿਹੜੀ ਹੈ ਉਹ ਤਕੜੀ ਕੈਂਡੀਡੇਟ ਇੱਕ ਮੁਕਾਬਲੇ ਤੱਕ ਕਿਉਂਕਿ ਉਹਨਾਂ ਨੇ ਮਨਪ੍ਰੀਤ ਬਾਦਲ ਹੁਣ ਆਪਣਾ ਦੂਜੇ ਪਾਸੇ ਮਨਪ੍ਰੀਤ ਬਾਦਲ ਲੜੇ ਸੀ ਜੀ ਜੀ, ਪਰ ਇਸ ਵਾਰ ਮਨਪ੍ਰੀਤ ਬਾਦਲ ਦੀ ਟਿਕਟ ਤੇ ਜਾਂ ਉਹਦੇ ਤੇ ਕੁਐਸਚਨ ਮਾਰਕ ਲੱਗੇ ਹੋਏ ਨੇ, ਕਿੰਤੂ ਪ੍ਰੰਤੂ ਹੋਏ ਹੋਏ ਨੇ। ਠੀਕ ਹੈ ਜੀ, ਮੰਨਿਆ ਇਹ ਜਾ ਰਿਹਾ ਪ੍ਰਭਾਵ ਇਹ ਹੈਗਾ ਕਿ ਬਠਿੰਡਾ ਜਿਹੜਾ ਪ੍ਰੋਪਰ ਬਠਿੰਡਾ ਹਲਕਾ ਜਿੱਥੋਂ ਕਿ ਉਹ ਕੁੱਲ ਜਿੱਤੇ ਨੇ ਉੱਥੇ ਉਹਨਾਂ ਦਾ ਜਿਹੜਾ ਅਕਸ ਹੈ ਉਹ ਉਸ ਤਰ੍ਹਾਂ ਦਾ ਨਹੀਂ ਰਿਹਾ। ਉਹਨਾਂ ਦੀ ਜਿਹੜੀ ਸਾਖ ਹੈ ਉਹ ਕਾਫੀ ਡਿੱਗੀ ਹੈ ਬਠਿੰਡੇ ਦੇ ਵਿੱਚ ਹੀ, ਜਿੱਥੋਂ ਸਭ ਤੋਂ ਵੱਧ ਵੋਟਾਂ ਬਠਿੰਡੇ ਸ਼ਹਿਰ ਹਲਕੇ ਚ ਮਿਲੀਆਂ ਸਿਰ ਨੂੰ। ਪੰਜਾਬ ਦੀ ਸਿਆਸਤ ਉੱਥੇ ਸ਼ੁਰੂ ਹੁੰਦੀ ਹੈ ਜੀ, ਬਿਲਕੁਲ ਨਾਂ ਜਿਹੜਾ ਉੱਥੇ ਜੀ ਜੀ ਉੱਥੇ ਜਿਹੜੇ ਰਾਜਾ ਵੜਿੰਗ ਦਾ ਵੀ ਨਾਂ ਚੱਲ ਰਿਹਾ ਹੈ, ਹੋਰ ਵੀ ਕੁਛ ਦਾਅਵੇਦਾਰ ਹੈਗੇ ਨੇ, ਪਰ ਬਠਿੰਡੇ ਦੀ ਅਜੇ ਤੱਕ ਸਪਸ਼ਟ ਜਿਹੜਾ ਸੀਨ ਨਹੀਂ ਹੋਇਆ ਕਿ ਕਾਂਗਰਸ ਦਾ ਕੈਂਡੀਡੇਟ ਕੌਣ ਹੋਏਗਾ। ਠੀਕ ਹੈ, ਇਸੇ ਤਰ੍ਹਾਂ ਫਿਰੋਜ਼ਪੁਰ ਦਾ, ਇਸੇ ਤਰ੍ਹਾਂ ਫਿਰੋਜ਼ਪੁਰ ਦਾ। ਠੀਕ ਹੈ, ਸੋ ਮੈਨੂੰ ਲੱਗਦਾ ਕਿ ਕਾਂਗਰਸ ਵੀ ਅਕਾਲੀ ਵੀ ਇੱਕ ਦੂਜੇ ਵੱਲ ਦੇਖ ਰਹੇ ਨੇ ਕਿ ਦੂਸਰਾ ਪਾਰਟੀ ਜਿਹੜੀ ਹੈ ਕਿਹਨੂੰ ਉਮੀਦਵਾਰ ਬਣਾਉਂਦੀ ਹੈ। ਬਿਲਕੁਲ ਬਲਜੀਤ ਜੀ, ਮੈਨੂੰ ਇੱਥੇ ਸਿਰਫ ਇੱਕ ਨਿੱਕੇ ਜਿਹੇ ਵਕਫੇ ਲਈ ਰੁਕਣਾ ਪੈ ਰਿਹਾ ਹੈ, ਵਕਫੇ ਤੋਂ ਬਾਅਦ ਮੈਂ ਜ਼ਰੂਰ ਤੁਹਾਡੇ ਹੋਰ ਜਿਹੜੇ ਵਿਸ਼ਲੇਸ਼ਣਾਂ ਜ਼ਰੂਰ ਲਵਾਂਗਾ। ਮੈਂ ਫਿਲਹਾਲ ਰੁਕਣਾ ਇੱਕ ਬ੍ਰੇਕ ਲਈ। ਅਤੇ ਬਲਜੀਤ ਬੱਲੀ ਜੀ ਮੇਰੇ ਨਾਲ ਸੀਨੀਅਰ ਪੱਤਰਕਾਰ ਚੰਡੀਗੜ੍ਹ ਤੋਂ ਜੁੜੇ ਹੋਏ ਹਨ। ਉਹਨਾਂ ਤੋਂ ਆਪਾਂ ਜਾਣਨ ਦੀ ਕੋਸ਼ਿਸ਼ ਕਰ ਰਹੇ ਸੀ ਕਿ ਬਠਿੰਡਾ ਜਿਹੜੀ ਸੀਟ ਹੈ ਉਹ ਇਸ ਟਾਈਮ ਸਭ ਤੋਂ ਜ਼ਿਆਦਾ ਹੌਟ ਮੰਨੀ ਜਾ ਰਹੀ ਹੈ, ਔਰ ਫਿਰੋਜ਼ਪੁਰ ਤੋਂ ਇਹ ਵੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਸੁਖਬੀਰ ਬਾਦਲ ਜਿਹੜੇ ਨੇ ਉਹ ਉੱਥੋਂ ਦੀ ਸ਼੍ਰੋਮਣੀ ਅਕਾਲੀ ਦਲ ਤੋਂ ਉਮੀਦਵਾਰ ਹੋ ਸਕਦੇ ਹਨ। ਲੇਕਿਨ ਇਹ ਅਫਵਾਹਾਂ ਦਾ ਬਾਜ਼ਾਰ ਹਜੇ ਕਿੰਨਾ ਗਰਮ ਹੈ, ਬਲਜੀਤ ਜੀ ਕੀ ਲੱਗਦਾ ਤੁਹਾਨੂੰ? ਦੇਖੋ ਕਾਫੀ ਹੱਦ ਤੱਕ ਇਹ ਠੀਕ ਲੱਗਦੀ ਹੈ ਜੋ ਅੰਦਰ ਉੱਥੇ ਇੱਥੋਂ ਤੱਕ ਉਹਨੇ ਸਰਗਰਮੀ ਵੀ ਸ਼ੁਰੂ ਕਰਤੀ ਹੈ। ਬਿਕਰਮ ਸਿੰਘ ਮਜੀਠੀਆ ਨੇ ਦੋ ਦਿਨ ਵੀ ਲਾਏ ਨੇ ਉੱਥੇ, ਮੀਟਿੰਗਾਂ ਵੀ ਕੀਤੀਆਂ ਨੇ, ਔਰ ਇਹ ਕੋਈ ਬਾਦਲ ਪਰਿਵਾਰ ਵਾਸਤੇ ਸੁਖਬੀਰ ਬਾਦਲ ਵਾਸਤੇ, ਸੁਖਬੀਰ ਬਾਦਲ ਉੱਥੋਂ MLA ਵੀ ਉੱਥੇ ਉਸੇ ਹਲਕੇ ਚੋਂ ਇੰਨੇ ਜਲਾਲਾਬਾਦ ਤੋਂ। ਠੀਕ ਹੈ ਜੀ, ਸੋ ਉਹਨਾਂ ਦੀ ਕੋਈ ਬਹੁਤੀ ਹੈਰਾਨੀ ਵਾਲੀ ਗੱਲ ਨਹੀਂ ਹੈਗੀ ਇਹ, ਤੇ ਕਿਉਂਕਿ ਉਹਨਾਂ ਦਾ ਟਾਰਗੇਟ ਇਹ ਹੈਗਾ ਅਕਾਲੀ ਦਲ ਦਾ। ਦੇਖੋ ਮੈਂ ਜੀ ਪਹਿਲਾਂ ਗੱਲ ਕਰਕੇ ਇੱਥੇ ਕਿ ਇੱਕ ਦੋ ਸੀਟਾਂ ਨੂੰ ਛੱਡ ਕੇ ਫਿਰ ਸਮੁੱਚੇ ਤੌਰ ਤੇ ਫਿਰ ਵੀ ਅੱਜ ਜਿਹੜਾ ਮੁਕਾਬਲਾ ਹੈ ਇਹਨਾਂ ਪਾਰਲੀਮੈਂਟ ਚੋਣਾਂ ਚ ਅਕਾਲੀ ਬੀਜੇਪੀ ਗੱਠਜੋੜ ਤੇ ਕਾਂਗਰਸ ਹੀ ਹੋਏਗਾ। ਠੀਕ ਹੈ ਜੀ, ਤੀਜੀ ਧਿਰ ਜਿਹੜੀ ਹੈ ਉਹ ਸੰਗਰੂਰ ਦੇ ਵਿੱਚ ਕਿਉਂਕਿ ਭਗਵੰਤ ਮਾਨ ਹੈਗੇ ਨੇ ਉੱਥੇ, ਤੇ ਬਠਿੰਡੇ ਦੇ ਵਿੱਚ ਜੇ ਸੁਖਪਾਲ ਖਹਿਰਾ ਆਉਂਦੇ ਨੇ, ਤੇ ਤੀਜੀ ਸੀਟ ਜਿਹੜੀ ਹੈ ਜਿੱਥੇ ਕਿ ਤੀਜੀ ਧਿਰ ਜਿਹੜੀ ਹੈ ਉਹ ਅਹਿਮ ਹੈਗੀ ਉਹ ਹੈਗੀ ਖਡੂਰ ਸਾਹਿਬ। ਠੀਕ ਹੈ ਜੀ, ਜਿਹੜੀ ਬੀਬੀ ਪਰਮਜੀਤ ਕੌਰ ਖਾਲੜਾ ਹੈਗੇ ਨੇ ਉੱਥੇ ਤਿਕੋਣੀ ਫਾਈਟ ਜਿਹੜੀ ਅਸਲੀ ਹੈਗੀ ਹੈ, ਸੰਗਰੂਰ ਚ ਤਿਕੋਣੀ ਫਾਈਟ ਹੋਏਗੀ, ਤੇ ਸੁਖਪਾਲ ਖਹਿਰਾ ਜੇ ਬਠਿੰਡੇ ਤੋਂ ਲੜਦੇ ਨੇ ਤਾਂ ਉੱਥੇ, ਬਾਕੀ ਸੀਟਾਂ ਤੇ ਬਾਈ ਐਨ ਲਾਰਜ ਜਿਹੜਾ ਇਹੀ ਉਮੀਦ ਹੈ ਕਿ ਜਿਹੜੀ ਮੇਨ ਮੁਕਾਬਲਾ ਅਕਾਲੀ ਬੀਜੇਪੀ ਗੱਠਜੋੜ ਤੇ ਕਾਂਗਰਸ ਦਾ ਹੋਏਗਾ। ਬਿਲਕੁਲ, ਇਹ ਹੁਣ ਸਮਾਂ ਜ਼ਰੂਰ ਤੈਅ ਕਰੇਗਾ 23 ਮਈ ਨੂੰ ਕਿ ਕੀ ਵੱਡਾ ਫੈਸਲਾ ਪੰਜਾਬ ਦੇ ਵੋਟਰਸ ਉੱਥੋਂ ਦਿੰਦੇ ਹਨ। ਬਲਜੀਤ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਮੇਰੇ ਕੋਲ ਸਮਾਂ ਬਹੁਤਾ ਨਹੀਂ ਹੈਗਾ, ਮੈਂ ਤੁਹਾਨੂੰ ਹੋਰ ਸੁਣਨਾ ਚਾਹੁੰਦਾ ਸੀਗਾ, ਬਟ ਥੈਂਕ ਯੂ ਵੈਰੀ ਮੱਚ, ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਨੂੰ ਟਾਈਮ ਦਿੱਤਾ ਔਰ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਤੇ ਇਹ ਸੀਗੇ ਬਲਜੀਤ ਬੱਲੀ ਸੀਨੀਅਰ ਪੱਤਰਕਾਰ ਚੰਡੀਗੜ੍ਹ ਤੋਂ, ਜਿਨ੍ਹਾਂ ਨੇ ਵਿਚਾਰ ਸਾਂਝੇ ਕੀਤੇ। ਲੇਕਿਨ ਪਲ ਪਲ ਦੀ ਜਾਣਕਾਰੀ ਜਸ ਪੰਜਾਬੀ ਤੁਹਾਨੂੰ ਇਸ ਮੰਚ ਦੇ ਉੱਤੇ ਜ਼ਰੂਰ ਲੈ ਕੇ ਆਉਂਦਾ ਰਹੇਗਾ। ਜੇਕਰ ਤੁਸੀਂ ਮੈਨੂੰ ਮੇਲ ਕਰਨਾ ਚਾਹੁੰਦੇ ਹੋ, ਮੇਲ ਮੀ ਐਟ ਇਨਫੋ ਐਟ ਜਸ ਬ੍ਰੋਡਕਾਸਟਿੰਗ ਡੋਟ ਕੋਮ, ਹਰਕੀਰਤ ਐਟ ਜਸ ਬ੍ਰੋਡਕਾਸਟਿੰਗ ਡੋਟ ਕੋਮ ਦੇ ਉੱਤੇ। ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਭੇਜੇ ਹੋਏ ਮੇਲਸ ਨੂੰ ਅਸੀਂ ਰਿਪਲਾਈ ਵੀ ਕਰਾਂਗੇ, ਅਤੇ ਨਾਲ ਜੋ ਤੁਸੀਂ ਮੁੱਦੇ ਚਾਹੁੰਦੇ ਹੋ ਇਸ ਮੰਚ ਦੇ ਉੱਤੇ ਵਿਚਾਰ ਲੈਣ ਲਈ ਆਪਾਂ ਉਹਨੂੰ ਵਿਚਾਰ ਵੀ ਜ਼ਰੂਰ ਕਰਾਂਗੇ।
ਮੈਂ ਸੀਗਾ ਹਰਕਿਰਤ ਸਿੰਘ ਆਲੂਵਾਲੀਆ, ਬਹੁਤ ਬਹੁਤ ਧੰਨਵਾਦ, ਸਤਿ ਸ੍ਰੀ ਅਕਾਲ।